ਸਤਨ ਤਨ ਬਾਬਾ ਜੋਗੀ ਪੀਰ ਜੀ ਚਾਹਲ ਪਿੰਡ ਧੌਲਾ ਸੋ ਸ਼ੁਕਰ ਗੁਜ਼ਾਰ ਹਾਂ ਸਮੂਹ ਨਗਰ ਨਿਵਾਸੀਆਂ ਦੇ ਔਰ ਇਸ ਮੇਲੇ ਦੀਆਂ ਇਸ ਪਾਵਨ ਉਰਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਔਰ ਪੰਮਾ ਡੂਮੇਵਾਲ ਸੰਗੀਤ ਪਰਿਵਾਰ ਦੀ ਤਰਫੋਂ ਬਲਾਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੰਨੀਆਂ ਵੀ ਸੰਗਤਾਂ ਚੱਲ ਕੇ ਪੰਡਾਲ ਦੇ ਵਿੱਚ ਪਹੁੰਚੀਆਂ ਨੇ ਸੋ ਸਾਰਿਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਕਿ ਚੱਲ ਇੱਥੇ ਆਉਣ ਲਈ ਮਿਹਰਬਾਨੀ ਅਤੇ ਸ਼ੁਕਰੀਆ ਕਿ ਚੱਲ ਇੱਥੇ ਆਉਣ ਲਈ ਮਿਹਰਬਾਨੀ ਅਤੇ ਸ਼ੁਕਰੀਆ ਇੰਨਾ ਪਿਆਰ ਦਿਖਾਉਣ ਲਈ ਮਿਹਰਬਾਨੀ ਅਤੇ ਸ਼ੁਕਰੀਆ ਕੰਮਾਂ ਭਰੀ ਇਸ ਦੁਨੀਆ ਅੰਦਰ ਕੋਈ ਬਿੰਦ ਝੱਟ ਕਿਸੇ ਕੋਲ ਖੜਦਾ ਨਹੀਂ ਫਿਰ ਵੀ ਇਸ ਦਰਬਾਰ 'ਤੇ ਹਾਜ਼ਰੀ ਭਰਨ ਲਈ ਮਿਹਰਬਾਨੀ ਅਤੇ ਸ਼ੁਕਰੀਆ ਸੋ ਸ਼ੁਕਰ ਗੁਜ਼ਾਰੇ ਔਰ ਨਾਲ ਦੀ ਨਾਲ ਸ਼ੁਕਰ ਗੁਜ਼ਾਰੇ ਸਾਡੇ ਡਿਜੀਟਲ ਸਟੂਡੀਓ ਵੀਰ ਜੋ ਕਿ ਇਸ ਮੇਲੇ ਨੂੰ ਕਵਰੇਜ ਕਰ ਰਹੇ ਨੇ ਔਰ ਨਾਲ ਦੀ ਨਾਲ ਸ਼ੁਕਰ ਗੁਜ਼ਾਰ ਹਾਂ ਸਾਡਾ ਸੋਸ਼ਲ ਮੀਡੀਆ ਸੋ ਸੋਸ਼ਲ ਮੀਡੀਆ ਤੋਂ ਮਾਲਵਾ ਕਿਉਂਕਿ ਜਿਨ੍ਹਾਂ ਦੀ ਸਰੀਰਕ ਰੂਪ ਦੇ ਵਿੱਚ ਇੱਥੇ ਹਾਜ਼ਰੀ ਹੈ ਉਹ ਪ੍ਰਵਾਨ ਹੈ ਔਰ ਜਿਹੜੇ ਸਰੀਰਕ ਰੂਪ ਵਿੱਚ ਇੱਥੇ ਮੌਜੂਦ ਨੇ ਸੋ ਸੋਸ਼ਲ ਮੀਡੀਆ ਦੇ ਜ਼ਰੀਏ ਮਾਲਵਾ ਟੀ ਵੀ ਦੇ ਜ਼ਰੀਏ ਸੋ ਇਸ ਹਾਜ਼ਰੀ ਨੂੰ ਲਾਈਵ ਦੇਖ ਸਕਦੇ ਸੋ ਬੜੇ ਸ਼ੁਕਰ ਗੁਜ਼ਾਰ ਹੈ ਔਰ ਨਾਲ ਦੀ ਨਾਲ ਇੱਕ ਵਾਰੀ ਫਿਰ ਤੋਂ ਢੇਰ ਸਾਰੀਆਂ ਮੁਬਾਰਕਾਂ ਸਾਰੀ ਸੰਗਤ ਨੂੰ ਔਰ ਬਹੁਤੀਆਂ ਗੱਲਾਂ ਨਾ ਕਰੀਏ ਸੋ ਕਰੀਏ ਆਗਾਜ਼ ਅੱਜ ਦੀ ਉਸ ਮਹਿਫਲ ਦਾ ਸੋ ਪੰਜਾਬ ਦੀ ਉਹ ਬੁਲੰਦ ਤੇ ਖੂਬਸੂਰਤ ਆਵਾਜ਼ ਤੁਹਾਡੀ ਨਜ਼ਰ ਕਰੀਏ ਜੋ ਕਿਸੇ ਪਹਿਚਾਣ ਦੀ ਮਹਤਾਜ ਨੇ ਔਰ ਜਿਨ੍ਹਾਂ ਦੇ ਆਏ ਹੋਏ ਗੀਤਾਂ ਨੂੰ ਤੁਸੀਂ ਬੜੀ ਮੁਹੱਬਤ ਬੜਾ ਅਦਬ ਤੇ ਬੜਾ ਸਤਿਕਾਰ ਬਖਸ਼ੇ ਔਰ ਜੇ ਉਹਨਾਂ ਦੇ ਆਏ ਹੋਏ ਗੀਤਾਂ ਦੀ ਗੱਲ ਕਰੀਏ ਤਾਂ ਚੱਕਵੀਂ ਮੰਡੀਰ ਨੂੰ ਇੱਕ ਮਿਹਣਾ ਮਾਰਦਾ ਹੋਇਆ ਕਹਿੰਦਾ ਏ ਕਿ ਮੋੜੀ ਬੇ ਮੋੜੀ ਬਾਬਾ ਚੱਕਵੀਂ ਮੰਡੀਰ ਨੂੰ ਪੀ ਪੀ ਸਮੈਕਾਂ ਸਾਣੀ ਕਰ ਲਿਆ ਸਰੀਰ ਨੂੰ ਔਰ ਜੇ ਮਹਿਲਾਂ ਵਰਸਸ ਕੁੱਲੀਆਂ ਦੀ ਗੱਲ ਕਰਦਾ ਏ ਤਾਂ ਫਿਰ ਕਹਿੰਦਾ ਏ ਕਿ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਤੇ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਔਰ ਜੇ ਗੱਲ ਕਰਦਾ ਏ ਕੁੰਡੀ ਮੁੱਛਦੀ ਤਾਂ ਫਿਰ ਕਹਿੰਦਾ ਏ ਕਿ ਵੱਖਰਾ ਹੀ ਰੋਬ ਹੁੰਦਾ ਕੁੰਡੀ ਮੁੱਛਦਾ ਔਰ ਜੇ ਗੱਲ ਕਰਦਾ ਏ ਜ਼ਿਗਰੇ ਦਲੇਰੀਆਂ ਦੀ ਤਾਂ ਫਿਰ ਕਹਿੰਦਾ ਏ ਕਿ ਕੁੰਡੀ ਮੁੱਛ ਕਰਦੀ ਨਾ ਹੱਲ ਮਸਲੇ ਜ਼ਿਗਰੇ ਵੀ ਹੋਣੇ ਦਲੇਰ ਚਾਹੀਦੇ ਸੋਨਾ ਖੂਬਸੂਰਤ ਗੀਤਾਂ ਦਾ ਮਾਲਕ ਸੋ ਸੰਗੀਤ ਦੀਆਂ ਮਦਰ ਧੁਨਾਂ ਦਰਮਿਆਨ ਮਾਈਕ ਦੀ ਆਵਾਜ਼ ਵਨ ਐਂਡ ਓਨਲੀ ਜਨਾਬ ਪੰਮਾ ਡੂਮੇਵਾਲ ਪੰਮਾ
Hello, hello. ਨਾ ਅਮੀਰਾਂ ਦੇ ਨਾ ਵਜ਼ੀਰਾਂ ਦੇ ਨਾ ਅਮੀਰਾਂ ਦੇ ਨਾ ਵਜ਼ੀਰਾਂ ਦੇ ਦੀਵੇ ਜਗਦੇ ਨੇ ਸਦਾ ਫਕੀਰਾਂ ਦੇ ਪੀਰ ਬਾਬਾ ਜੋਗੀ ਜੀ ਜਿਨ੍ਹਾਂ ਦੇ ਸਾਲਾਨਾ ਮਾਘੀ ਦੇ ਮੇਲੇ 'ਤੇ ਦੂਰ ਦਰੇਡਿਓਂ ਜਿੱਥੋਂ ਵੀ ਆਪ ਸਭ ਸੰਗਤਾਂ ਤਸ਼ਰੀਫ ਲਿਆਈਆਂ ਆਪ ਸਭ ਨੂੰ ਨਿੱਘੀ ਜੋਇਆਂ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਧੰਨਵਾਦੀ ਹਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਮੈਨੂੰ ਲੱਗਦਾ ਸਾਡੀ ਪੰਜਵੀਂ ਹਾਜ਼ਰੀ ਹੈ ਇੱਥੇ ਲਗਾਤਾਰ ਆਪ ਸਭ ਦਾ ਧੰਨਵਾਦ ਜਿਹੜੇ ਦੂਰ ਦਰੇਡਿਓਂ ਚੱਲ ਕੇ ਆਇਓ ਸੁਣਨ ਲਈ ਆਇਓ ਕਦਮ ਕਦਮ ਲੇਖੇ ਸੋ ਕਰਦੇ ਹਾਂ ਫਿਰ ਸ਼ੁਰੂ ਜੀ ਗੁਰੂ ਨਾਨਕ ਸਾਹਿਬ ਉਹਨਾਂ ਦੇ ਚਰਨਾਂ ਤੋਂ ਸਵਰਗ ਜਮਲਾ ਸਾਹਿਬ ਉਹਨਾਂ ਦਾ ਗਾਇਆ ਹੋਇਆ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਰੀਝਾਂ ਲਾਲਾ ਦਿੰਦੀ ਦੁਨੀਆ ਸਾਰੀ ਸਾਡਾ ਛੋਟਾ ਵੀਰ ਬਹੁਤ ਹੀ ਵਧੀਆ ਐਂਕਰ ਕਰੀਏ ਫਿਰ ਸ਼ੁਰੂਆਤ ਇੱਕ ਵਾਰ ਖੁੱਲ੍ਹ ਕੇ ਤਾੜੀਆਂ ਮਾਰ ਦਿਓ ਤਾੜੀਆਂ ਦੇ ਵੀ ਕਈ ਮਤਲਬ ਹੈ ਇੱਕ ਤਾੜੀ ਮਾਰਦੇ ਕਿਸੇ ਦੇ ਮਜ਼ਾਕ 'ਚ ਧੌਲ ਸਾਹਿਬ ਨਿੱਘੀ ਜਵਾਇਆ ਸਤਿ ਸ਼੍ਰੀ ਅਕਾਲ ਇੱਕ ਤਾੜੀ ਮਾਰਦੇ ਹਾਂ ਕਿਸੇ ਦੇ ਮਜ਼ਾਕ 'ਚ ਜਦੋਂ ਕਿਸੇ ਦੀ ਖਿੱਲੀ ਉਡਾਣੀ ਹੋਵੇ ਨਾ ਅਤੇ ਇੱਕ ਤਾੜੀ ਮਾਰੀ ਜਾਂਦੀ ਸ਼ਾਬਾਸ਼ੀ ਲਈ ਹੱਲਾ ਸ਼ੇਰੀ ਲਈ ਇੱਕ ਤਾੜੀ ਦਾ ਸੰਬੰਧ ਭਗਤੀ ਨਾਲ ਹੈ ਕਈ ਵਾਰ ਲੋਕ ਜਦੋਂ ਗਾਉਂਦੇ ਨਾ ਆਪਣੇ ਦਿਲੋਂ ਤੇ ਫਿਰ ਨਾਲ ਤਾੜੀਆਂ ਦੇ ਮਾਰਦੇ ਨੇ ਸੋ ਅਗਲੇ ਬੋਲ ਗੁਰੂ ਨਾਨਕ ਸਾਹਿਬ ਉਹਨਾਂ ਦੇ ਚਰਨਾਂ ਆਓ ਜੀ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆ ਕੋਈ ਨਾ ਨਾ ਜਾਣੇ ਮੇਰਾ ਸਤਿਗੁਰੂ ਨਾਨਕ 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 ਤੇਰੀ ਲੀਲਾ ਨਿਆਰੀ ਹੈ ਰੀਝਾਂ ਲਾਲਾ ਵੇਂਦੀ ਹੈ ਦੁਨੀਆ ਸਾਰੀ ਹੈ ਸਤਿਗੁਰੂ ਨਾਨਕ ਸਤਿਗੁਰੂ ਨਾਨਕ ਸਤਿਗੁਰੂ ਨਾਨਕ
ਵਿਖੇ ਮੁੜ ਕੇ ਫੇਰਾ ਪਾ ਜਾਵੀ ਛਾਇਆ ਭੁੱਪ ਹਨੇਰਾ ਜੋਤ ਜਗਾ ਜਾਵੀ ਜੀ ਬਾਣੀ ਦੀ ਥਾਂ ਚੜ ਗਈ ਫੈਸ਼ਨ ਕੁਮਾਰੀ ਹੈ ਰੀਝਾਂ ਲਾ ਲਾ ਵੇਂਦੀ ਹੈ ਦੁਨੀਆ ਸਾਰੀ ਹੈ ਸਤਿਗੁਰੂ ਨਾਨਕ ਸਤਿਗੁਰੂ ਨਾਨਕ ਕਰਦਾ ਸੀ ਖੇਤੀ ਹਲ ਚਲਾਉਂਦਾ ਸੀ ਦਸਾਂ ਨੋਹਾਂ ਦੀ ਕਿਰਤ ਕਮਾਈ ਖਾਂਦਾ ਸੀ ਦਸਾਂ ਨੋਹਾਂ ਦੀ ਕਿਰਤ ਕਮਾਈ ਖਾਂਦਾ ਸੀ ਜੀ ਤਾਈਓ ਤੁਹਾਡੀ ਸੋਭਾ ਹਰ ਥਾਂ ਭਾਰੀ ਹੈ ਰੀਝਾਂ ਲਾ ਲਾ ਵੇਂਦੀ ਹੈ ਦੁਨੀਆ ਸਾਰੀ ਹੈ ਸਤਿਗੁਰੂ ਨਾਨਕ ਮੇਰੀ ਲੀਲਾ ਪਿਆਰੀ ਹੈ ਰੀਝਾਂ ਲਾ ਲਾ ਸਤਿਗੁਰੂ ਨਾਨਕ ਸਤਿਗੁਰੂ ਨਾਨਕ ਕੋਡੇ ਨਾਲੋਂ ਵੱਧ ਕੇ ਹੁਣ ਵੀ ਰਾਕਸ਼ ਨੇ ਕੂੜ ਕਮਾਉਂਦੇ ਫਿਰਦੇ ਝੂਠੇ ਆਸ਼ਿਕ ਨੇ ਕੋਡੇ ਨਾਲੋਂ ਵੱਧ ਕੇ ਹੁਣ ਵੀ ਰਾਕਸ਼ ਨੇ ਕੂੜ ਕਮਾਉਂਦੇ ਫਿਰਦੇ ਝੂਠੇ ਆਸ਼ਿਕ ਨੇ ਜੀ ਸਦਨੇ ਨੇ ਹੱਥ ਫੜ ਲਈ ਮੁੜ ਕਟਾਰੀ ਹੈ ਸਦਨੇ ਨੇ ਹੱਥ ਫੜ ਲਈ ਮੁੜ ਕਟਾਰੀ ਹੈ ਰੀਝਾਂ ਲਾ ਲਾ ਵੇਂਦੀ ਹੈ ਦੁਨੀਆ ਸਾਰੀ ਹੈ ਸਤਿਗੁਰੂ ਨਾਨਕ ਮੇਰੀ ਲੀਲਾ ਪਿਆਰੀ ਹੈ ਰੀਝਾਂ ਲਾ ਲਾ ਵੇਂਦੀ ਦੁਨੀਆ ਸਾਰੀ ਹੈ ਸਤਿਗੁਰੂ ਨਾਨਕ ਗੁਰੂ ਨਾਨਕ ਸਤਿਗੁਰੂ ਨਾਨਕ ਤਰਲੇ ਪਾਉਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਉਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਉਂਦੀ ਏ ਜੀ ਮੇਰੀ ਜਿੰਦ ਦੀਵਾਨੀ ਪਈ ਗੁਰਲਾਉਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਉਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਉਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਉਂਦੀ ਏ ਵਿੱਚ ਵਿਛੋੜੇ ਬੈਠੀ ਦੁਖਿਆਰੀ ਹੈ ਵਿੱਚ ਵਿਛੋੜੇ ਬੈਠੀ ਏ ਦੁਖਿਆਰੀ ਹੈ ਰੀਝਾਂ ਲਾ ਲਾ ਵੇਂਦੀ ਏ ਦੁਨੀਆ ਸਾਰੀ ਹੈ ਸਤਿਗੁਰੂ ਨਾਨਕ ਤੇਰੀ ਲੀਲਾ ਪਿਆਰੀ ਹੈ ਰੀਝਾਂ ਲਾ ਲਾ ਵੇਂਦੀ ਦੁਨੀਆ ਸਾਰੀ ਹੈ ਸਤਿਗੁਰੂ ਨਾਨਕ ਗੁਰੂ ਨਾਨਕ ਵਾਹ ਕਿਆ ਵਾਤ ਬਹੁਤ ਹੀ ਵਧੀਆ ਸਾਊਂਡ ਡਿੰਪੀ ਸਾਊਂਡ ਕਿਆ ਬਾਤ ਹੈ ਵੀ ਲੱਗਿਆ ਪੈਸਾ ਬੋਲਦਾ ਵੀਰਾ ਤੇਰਾ ਮਾਲਕ ਹੋਰ ਤਰੱਕੀਆਂ ਤੰਦਰੁਸਤੀਆਂ ਬਖਸ਼ਿਸ਼ ਕਰੇ ਸੋ ਇੱਕ ਵਾਰ ਖੁੱਲ੍ਹ ਕੇ ਤਾੜੀਆਂ ਬਾਬਾ ਜੋਗੀ ਪੀਰ ਜੀ ਦੇ ਨਾਮ
धर्म कोई माड़ा नहीं, बस जिन्हां दी नीयतां सच्चियां मुरादां उन्हां नूं मिलदियां। थोड़ी टेक सच्ची होवे, थोड़ी टेक सच्ची होवे ते को पावर सच्ची होवे, ये जय जयकार है। सो मालक मेहर करे, हरेक साल की तरह दूर दरेड्यों देश प्रदेशों तो भी इस अस्थान ते संगत हाजरी भरन आउंदियां ने। मालक मेहर करे, खुशियां की सब नूं लोड़ है, तंदुरुस्तियां की सब नूं लोड़ है, घरां विच चुल्हे जगण की सारयां नूं लोड़ है, सारयां दे मार बरकतां बख्शे, नशियां विशियां वकारां तो दूर रखे, मेहर करे। सो हुण शुरू करदे आं, जो मेरे गाउण दा स्टाइल है, सच्चियां ते सुच्चियां गल्लां थोड़ी नज़र नज़रअंदाज। आओ जी, सब तो पहले बोल, चंद कु दिनां तक एक गीत रिलीज़ हो रहा है, गीत का नाम है चौड़बाजियां। सब तो पहला वो गल्लां थोड़ी नज़र। आओ जी, शायद सब ने देखा होना सोशल मीडिया से, दो तीन दिन पहला एक मुंडे ने ट्रैक्टर पिछे तवियां जोड़ के अंदरली ब्रेक ला के, उत्थे नहीं ट्रैक्टर घूमता तो ला लिया घूमता सी, छाल मार के चढ़न लग्या पर उहदा पैर थले आ गया तवियां, ट्रैक्टर के टायर थले, तो तवियां ने चकते फटे। जोर भलवानी च कर सकते हैं, खादियां खुराकों का पता लगता मशीनरी नाल कादा जोर। पिछे जो बड़ा रवाज चलिया कहिंदे टोचन, क्योंकि गीत उदां दे चल रहे, कहिंदे टोचना ने पता नहीं जट ने की करता, टोचन खिच के लै जो, वो लोगों ने पांच पांच सत्त सत्त लख ट्रैक्टर ते ला के कईआं दीआं जानां भी गईआं, मशीनरी का कादा जोर। सो महाराज मेहर करे, दया करे, सुमत बख्शे, भाई इस चीज़ तो आप हौली हौली दूर हो गए हैं। सो कली कली गल सुन वाली है थोड़ी नज़र। ओ जेड़ा मारदा स्टंट करे चौड़बाजियां, जेड़ा मारदा स्टंट करे चौड़बाजियां, सत्तां कुजियां ना छेती फिर होण राजियां, कौल दा नी गल जो सियाणे बंदे दी, कौल दा नी गल जो सियाणे बंदे दी, वक्त दी मार तो ओ बंदा मरूगा, आ खून घट होवे पूरा हो जांदा ए। बापू जी, खून घट होवे पूरा हो जांदा ए, अकलां दा घाटा कौन पूरा करूगा, खून घट होवे पूरा हो जांदा ए, अकलां दा घाटा कौन पूरा करूगा। आ चंगा भला सरदा सी हीरो हांडे ना, सी हीरो हांडे ना, सी विरासती दो किले ओ भी होए ना संभाल, चंगा भला सरदा सी हीरो हांडे ना, सी विरासती दो किले ओ भी होए ना संभाल, गुवांडियां दी रीस नूं तां लै लई सफारी, नूं तां लै लई सफारी, गुवांडियां दी रीस नूं तां लै लई अनोवा, ओए केड़ा बापू वाला पंप जिथों तेल भरूगा, खून घट होवे पूरा हो जांदा ए, अकलां दा घाटा कौन पूरा करूगा, खून घट होवे पूरा हो जांदा ए, अकलां दा घाटा कौन पूरा करूगा। अपने बना के जड़े जड़ा वटदे ओ,
जड़े जड़ा वट दे संजू ने ताए हो जहे यार छड़ते रसोई वाल तके जड़ा बार बार बई एहो यार मारनू बई कौन जरूगा खून घट होवे पूरा हो जांदा ए अकलां दा घाटा कौन पूरा करूगा खून घट होवे पूरा हो जांदा ए अकलां दा घाटा कौन पूरा करूगा अकलां दा घाटा कौन पूरा करूगा अकलां दा घाटा कौन पूरा करूगा चंगा लग्या तां ताड़ी बड़ी मेहरबानी सो चंद कु दिन तक गीत आऊगा सो अगला मिठे करेले आ जे क्योंकि जदों तक हुण प्रबंधकां ने कहना उदों तक प्रोग्राम चलना है पिछली बार असीं भी एक जगह पंगा होर ले लिया अंकल जी कनवर वीरा उदों लेट आया गांह वाले भी ढाण नूं फिर अज का ही ब्याह का प्रोग्राम फड़िया सी मैं जिहड़े वीरे ने मैं उन्हें फोन किया मैं कहा वीरे 12 तो 2 तक चलू तो मुड़ के ब्याह वाले कहिंदे 2 बजे शुरू करना मैं कहा भी थोड़ी साई आई वापस कर देनी कुट खाण योगा शरीर है सो खुली हाजरों तक प्रबंधकां ने कहना उदों तक हाजर है अटवाल साहब एक बार अटवाल साहब लई खुल के ताड़ियां क्योंकि थोड़ा दुआबा एरिया बड़े शांत लोग है ये भरा है जिदा हमेशा ही आसरा रहा है आशीर्वाद भी कह सकते मालिक तरक्या तंदुरुस्तियों बख्शिश करे वेड़े चो वड्डी दानी बूटा फलदार कोई वेड़े चो वड्डी दानी बूटा फलदार कोई हथ बन के फतेह बुलाइए सरदार कोई हथ बन के फतेह बुलाइए मिल जाए सरदार कोई टुट्टी तो पंडी दीनी मित्रों गुटियार कोई जतानू दा कलाइए पाप नहीं लेंदे पिंड वाले टोपे तो नाया कदे पाप नहीं लेंदे पिंड वाले टोपे तो बंदे दी उम्र बोल दी ओटे जा गोटे तो बंदे दी उम्र बोल दी ओटे जा गोटे तो ओ पीछे बापू जी बैठे बापू जी आ चिट्टी दाढ़ी वाले थोड़े नाल परना बने वाजे बापू जी कितनी उम्र हो गई ओ पीछे देखने लग गए हां हां तुसी हां ए बापू जी उम्र कितनी 60 साल बापू जी फिर तो ताड़ा जल्दी चिट्टा हो गया थोड़ी तो देख हसी वाली बन गई कितने बर्गर तो नहीं खान लग गए बंदे दी उम्र बोल दी मोटे जा गोटे तो बंदे दी उम्र बोल दी मोटे जा गोटे तो मिठे ना होण करेले मिठे ना होण करेले मिठे ना होण करेले ना होण करेले चाणी विच डोबे तो आदत ना सौखी बदले हो बदमाशी लई वटिए ना गबरू कोई पुत किसे दा बदमाशी लई वटिए ना मिलदे ना पुत बजारों
हाथ कदे भी घोड़े नाल पूजी दे झूठे नी हाथ कदे भी घोड़े नाल पूजी दे बेबे जी सस्रीकाल आ माता जी बैठे बेबे सस्रीकाल ਵੋਟੀ ਨਾ ਬਣਦੀ ਕਿ ਨਹੀਂ ਬੇਬੇ ਸੱਚ ਦੱਸਦੇ ਦੇਖੀ ਸਰੀਓ ਅੱਜ ਬਾਬੇ ਦੇ ਆਏ ਆਪਾਂ ਕਹਿੰਦੀ ਬੇ ਪੁੱਤ ਛੇੜ ਨਾ ਚੁੱਪ ਹੋ ਜਾ ਬੇਬੇ ਤੇਰੇ ਜ਼ਮਾਨੇ ਦੀਆਂ ਗੱਲਾਂ ਜਦੋਂ ਜਿੱਥੇ ਰੋਟੀ ਬਣਦੀ ਸੀ ਲੋਕਾਂ ਦੇ ਮਕਾਨ ਬੇਬੇ ਬੇਸ਼ੱਕ ਕੱਚੇ ਸੀ ਜਿੱਥੇ ਰੋਟੀ ਬਣਦੀ ਸੀ ਚੁੱਲ੍ਹਾ ਕੱਚਾ ਸੀ ਹੁਣ ਤਾਂ ਵੱਧ ਤੋਂ ਵੱਧ ਦੱਸਦੇ ਨਾ ਵੀ ਗੁਆਂਢੀ ਨੇ ਜੇ 5000 ਵਾਲਾ ਗੈਸ ਚੁੱਲ੍ਹਾ ਲਿਆ ਅਸੀਂ 10 ਵਾਲਾ ਲਵਾਂਗੇ ਜਿਹੜਾ ਸਿੱਧਾ ਚੱਲ ਗਿਆ ਦਿਖਾਵੇ ਦੀ ਦੁਨੀਆ ਗਲੈਮਰਸ ਦੀ ਦੁਨੀਆ ਉਦੋਂ ਬੇਬੇ ਭਾਵੇਂ ਚੁੱਲ੍ਹੇ ਕੱਚੇ ਸੀ ਪਰ ਜਿੱਥੇ ਰੋਟੀ ਪੱਕਦੀ ਸੀ ਸੁੱਚਮ ਐਡੀ ਸੀ ਆ ਕਿਸੇ 'ਚ ਹਿੰਮਤ ਨਹੀਂ ਹੁੰਦੀ ਸੀ ਕਿ ਚੱਪਲਾਂ ਲੈ ਕੇ ਕੋਈ ਜਿੱਥੇ ਆਲੇ ਦੁਆਲੇ ਘੁੰਮ ਵੀ ਜਾਵੇ ਆ ਮਤਾਵਾਂ ਗਰਮ ਗਰਮ ਚਿਮਟਾ ਮਾਰਦੀਆਂ ਸੀ ਇਹਨਾਂ ਨੂੰ ਸੰਸਕਾਰ ਕਹਿੰਦੇ ਸੀ ਪਰ ਹੁਣ ਦਾ ਸੱਚ ਇਹ ਹੈ ਬੇਬੇ ਜੇ ਕੋਈ ਵੋਟੀ ਨੰਗੇ ਸਿਰ ਰੋਟੀ ਬਣਾਉਂਦੀ ਹੋਵੇ ਨਾ ਗੈਸ ਚੁੱਲ੍ਹੇ 'ਤੇ ਅਤੇ ਸੱਸ ਕਹਿੰਦੇ ਸੀ ਧੀਏ ਸਿਰ ਢੱਕ ਕੇ ਬਣਾ ਲੈ ਕੋਈ ਵਾਲ ਵਿੱਚ ਪੈ ਜੂੰਗਾ ਔਰ ਇਹ ਅਦਬ ਨਹੀਂ ਅੰਨ ਦਾ ਤੇ ਵੋਟੀ ਸੱਸ ਨੂੰ ਕਹੂਗੀ ਬੇਬੇ ਮੇਰੇ ਹੱਥਾਂ ਦੀਆਂ ਖਾਣੀਆਂ ਕਿ ਸਮੋਸੇ ਖਾਇਆ ਕਰਨੇ ਬੇਬੇ ਡਰ ਕੇ ਟਾਈਮ ਕੱਢ ਲਓ ਬਸ ਕੱਲ੍ਹ ਜੋ ਝੂਠੇ ਨੀ ਹੱਥ ਕਦੇ ਵੀ ਪੌਣੇ ਨਾਲ ਪੂੰਜੀ ਦੇ ਰੱਖੀਏ ਬਈ ਗੁਪਤ ਟਿਕਾਣੇ ਘਰ ਵਾਲੀ ਪੂੰਜੀ ਦੇ ਰੱਖੀਏ ਬਈ ਗੁਪਤ ਟਿਕਾਣੇ ਘਰ ਵਾਲੀ ਪੂੰਜੀ ਦੇ ਘਰ ਦੇ ਵਿੱਚ ਪਾਠ ਖੁਲਾ ਕੇ ਘਰ ਦੇ ਵਿੱਚ ਪਾਠ ਖੁਲਾ ਕੇ ਮੁਰਗੇ ਦੀ ਝੂੰਡੀ ਦੇ ਘਰ ਦੇ ਵਿੱਚ ਪਾਠ ਖੁਲਾ ਕੇ ਮੁਰਗੇ ਦੀ ਝੂੰਡੀ ਦੇ ਚੱਕੀ ਹੋਈ ਹੱਥ ਬੁਰੀ ਹੈ ਬਣਦਾ ਸਤਿਕਾਰ ਕਰੀਦਾ ਗੁਰੂਆਂ ਵਿਦਵਾਨਾਂ ਦਾ ਟੈਟੂ ਖਣਵਾਈ ਦੇ ਨੀ ਟੈਟੂ ਖਣਵਾਈ ਦੇ ਨੀ ਟੈਟੂ ਖਣਵਾਈ ਦੇ ਨੀ ਖੰਡੇ ਕਰਪਾਨਾਂ ਦੇ ਟੈਟੂ ਖਣਵਾਈ ਦੇ ਨੀ ਖੰਡੇ ਕਰਪਾਨਾਂ ਦੇ ਧਰਮਾਂ ਨੂੰ ਲੀਕ ਨਾ ਲਾਈਏ ਕੜੇ ਨਾਲ ਡਟਣਾ ਪੱਟੀਏ ਕੜੇ ਨਾਲ ਡਟਣਾ ਪੱਟੀਏ ਹੋ ਕਿਹੜੇ ਜੱਟ ਨਹੀਂ ਲੱਭਦੇ ਵੈਸੇ ਮੈਂ ਕਿਸੇ ਕਲਾਕਾਰਾਂ ਦੀ ਵਾਲੀ ਆਲੋਚਨਾ ਨਹੀਂ ਕਰਦਾ ਹੁੰਦਾ ਹਰ ਇੱਕ ਦਾ ਆਪਦਾ ਸਟਾਈਲ ਹੈ ਹਰ ਇੱਕ ਦੀ ਰੋਜੀ ਰੋਟੀ ਤੁਰੀ ਹੈ ਪਰ ਸੱਚ ਵੀ ਸਾਹਮਣੇ ਆਉਣਾ ਚਾਹੀਦਾ ਕਲਾਕਾਰ ਕਹਿੰਦੇ ਉੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਜੱਟ ਉੱਥੇ ਫੈਰ ਕਰਦਾ ਕਹਿੰਦੇ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਜੱਟ ਦੇ ਟਿਕਾਣੇ ਰੱਬ ਵੀ ਨਾ ਜਾਣੇ ਕਿਉਂਕਿ ਜੋ ਜ਼ਿਮੀਦਾਰ ਦਾ ਸੱਚ ਹੈ 5-7 ਕਿੱਲਿਆਂ ਦੀ ਖੇਤੀ ਅਸੀਂ ਵੀ ਕਰਦੇ ਜੇ ਨੇਰਾਪੁਰਾ ਖੇਤ ਤੁਸੀਂ ਵੀ ਬੈਠੇ ਹੋ ਜਿਹੜੇ ਨੇਰੇਪੁਰੇ ਖੇਤੀ 'ਤੇ ਡਿਪੈਂਡ ਹੈ ਉਹ ਸੱਚ ਦੱਸਿਓ ਕਿ 6 ਮਹੀਨੇ ਬਾਅਦ ਕੱਢਣ ਪਾਉਣ ਨੂੰ ਕੀ ਹੈ ਖਾਦ ਬਾਪੂ ਪੁੱਜ ਗਈ 2000 ਨੂੰ ਕਹਿੰਦੇ ਡਾਇਆ ਯੂਰੀਆ 500 ਨੂੰ ਪਹੁੰਚ ਗਈ ਅੱਜ ਦਿਨ ਤੁਸੀਂ ਝੋਨਾ ਲੈ ਕੇ ਮੰਡੀ ਜਾਂਦੇ ਉਦਣ ਇੱਕ ਹਫ਼ਤਾ ਅਗਲੇ ਸੁਕਾਉਂਦੇ ਤਸੱਲੀ ਨਾਲ ਕਹਿੰਦੇ ਬੋਚਰ ਜ਼ਿਆਦਾ ਆ ਗਿਆ ਕੁਛ ਲੋਕ ਆ ਜਿਹੜੇ ਯੂਪੀ ਤੋਂ ਆ ਕੇ ਸਾਡੇ ਕੋਲ ਕੰਮ ਕਰਦੇ ਇਹ ਕਦੇ ਕਿਸੇ ਨੇ ਸੁਣਿਆ ਵੀ ਇਹਨਾਂ ਨੇ ਸੁਸਾਈਡ ਕੀਤਾ ਜਦਕਿ ਉਹ ਸਿਰਫ 300 ਰੁਪਏ ਨੂੰ ਦਿਹਾੜੀ ਕਰਦੇ 350-400 ਹੋਊਗੀ ਵੱਧ ਤੋਂ ਵੱਧ ਸਾਨੂੰ ਮਾਰਿਆ ਫੁਕਰ ਪੁਣੇ ਨੇ ਕਲਾਕਾਰਾਂ ਨੇ ਕਰੋੜਾਂ ਇਕੱਠਾ ਕਰ ਲਿਆ ਪਰਸੋਂ ਚੌਥੇ ਫਿਰੋਜ਼ਪੁਰ ਵਿਆਹ ਸੀ ਰਾਤ ਦਾ ਸੀਗੀ ਉਹਨਾਂ ਦੀ ਪਾਰਟੀ ਸੀਗੀ ਤਾਂ ਪਹਿਲਾਂ ਤਾਂ 75 ਪੈਸੇ ਸਿੱਟੀ ਗਏ ਕਿਉਂਕਿ ਉਹ ਨਹੀਂ ਸਿੱਟ ਰਹੇ ਸੀ ਜਿੰਨਾ ਕੌੜਾ ਪਾਣੀ ਵਾਧੂ ਕੀਤਾ ਉਦੋਂ ਬੰਦੇ ਨੂੰ ਆਪਣੀ ਹੋਸ਼ ਕਿੱਥੇ ਰਹਿੰਦੇ
ਤੇ ਮੁੜ ਕੇ ਆ ਮੁੰਡਾ ਇਹਨੂੰ ਕਹਿੰਦਾ ਮੈਨੂੰ ਖੁੱਲੇ ਦੋ ਤੁਹਾਨੂੰ ਗੱਡੀ ਚੋਂ ਲਿਆ ਕੇ ਦਿੰਦਾ ਇਹ ਬੜੇ ਖੁਸ਼ ਵੀ ਉੱਪਰੋਂ 30-35,000 ਗਿਰ ਗਿਆ ਉਹਨੇ 15,000 ਇਹ ਤੋਂ ਲਿਆ ਇਹ ਮੁੜ ਕੇ ਲੱਭਦਾ ਫਿਰ ਇਹ ਅਗਲਾ ਮਿਲਦਾ ਮੁੜ ਕੇ ਇੱਦਾਂ ਵੀ ਹੁੰਦਾ ਇਹ ਸੱਚ ਹੈ ਸੋ ਵੀਰਿਓ ਹੱਥ ਜੋੜ ਕੇ ਇਹ ਬੇਨਤੀ ਹੈ ਜੇ ਤੁਹਾਡੇ ਕੋਲ 100 ਰੁਪਈਆ ਤੇ ਫਿਰ ਹਿੰਮਤ ਰੱਖਿਆ ਕਰੋ 20 ਰੁਪਏ ਖਰਚਣ ਦੀ ਅਸੀਂ ਲੋਕ ਪਿੱਛੇ ਕਿਉਂ ਆਏ ਆ ਬਾਹਰ ਪ੍ਰੋਗਰਾਮ ਕਰਨ ਜਾਈਦਾ ਮੀਆਂ ਬੀਬੀ ਦੋਨੋਂ ਕਮਾ ਰਹੇ ਜੇ ਬੀਬੀ ਰੋਟੀਆਂ ਪਕਾਉਂਦੀ ਤਾਂ ਭਾਂਡੇ ਧੋਣ ਦੀ ਜ਼ਿੰਮੇਵਾਰੀ ਇੱਕ ਦੀ ਸਕੂਲ ਛੱਡਣ ਦੀ ਦੂਏ ਦੀ ਲਿਆਉਣ ਦੀ ਕੰਮ ਹੈ ਕੰਮ ਦੇ ਨਾਲੇ ਮਤਲਬ ਹੈ ਸਾਡੇ ਇੱਕ ਕਮਾ ਰਿਹਾ ਤੇ ਮਗਰ ਉਹ 5 ਵਿਹਲੇ ਖਾ ਰਹੇ ਤੇ ਮੁੰਡਾ ਫਿਰ ਵੀ ਜਿੱਦ ਕਰੂੰਗਾ ਪਾਪਾ ਮੋਟਰਸਾਈਕਲ ਲੈ ਕੇ ਦੇ ਆਪ ਕਮਾ ਕੇ ਸਟੈਂਡ ਹੋ ਕੇ ਜਿੰਨੀ ਮਰਜ਼ੀ ਸ਼ੌਂਕ ਪੂਰੇ ਕਰੋ ਪਰ ਬਾਪੂ ਦੇ ਗਲ 'ਚ ਅੰਗੂਠਾ ਦੇ ਕੇ ਜੇ ਫਿਰ ਬੁਲਟ ਲਿਆ ਤੇ ਫਿਰ ਕੀ ਲਿਆ ਉਹ ਤੁਹਾਡੇ ਪਟਾਕੇ ਬੁਲਟ ਤੇ ਨਹੀਂ ਵੱਜਦੇ ਉਹ ਬਾਪੂ ਦੀਆਂ ਆਂਦਰਾਂ ਦੇ ਪਟਾਕੇ ਵੱਜਦੇ ਕਿਸੇ ਨੂੰ ਦੁੱਖ ਲੱਗਿਆ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਗਾਉਂਦੇ ਜੋ ਫਿਰਨ ਗਵਈਏ ਲੱਭਦੇ ਨਾ ਜੱਟ ਟਿਕਦੇ ਗਾਉਂਦੇ ਜੋ ਫਿਰਨ ਗਵਈਏ ਲੱਭਦੇ ਨਾ ਜੱਟ ਟਿਕਦੇ ਪੰਮਿਆਂ ਓਏ ਕਿਹੜੇ ਧਰਤੀ ਸੱਚੀਆਂ ਬਰਦਾਰੇ ਲਿਖੀਆਂ ਸੱਚੀਆਂ ਬਰਦਾਰੇ ਸੱਚ ਗਾਵੇ ਵਾਲੀਆ ਸੱਚ ਗਾਵੇ ਵਾਲੀਆ ਸੱਚ ਗਾਵੇ ਦੂਮੇ ਵਾਲੀਆ ਚੰਗਾ ਲੱਗਿਆ ਤਾਂ ਤਾੜੀਆਂ ਸੋ ਅਗਲਾ ਮੈਂ ਕੋਸ਼ਿਸ਼ ਕਰੂੰਗਾ ਕੁਛ ਗੱਲਾਂ ਨਵੀਆਂ ਬਾਪੂ ਜੀ 5-7 ਗੀਤ ਤਾਂ ਨਵੇਂ ਚਾਹੀਦੇ ਆ ਨਵੇਂ ਸਾਲ 'ਤੇ ਇੱਕ ਗੀਤ ਰਿਲੀਜ਼ ਹੋਇਆ ਸੀ ਕਸੂਰ ਬੰਦੇ ਦਾ ਉਹਨਾਂ ਲੋਕਾਂ ਨੂੰ ਹੱਲਾ ਸ਼ੇਰੀ ਹੈ ਜਿਹੜੇ 0 ਤੇ ਉੱਠ ਕੇ ਅਤਾਂਹ ਤੱਕ ਗਏ ਆ ਔਰ ਅਤਾਂਹ ਜਾ ਕੇ ਵੀ ਜਿਨ੍ਹਾਂ ਨੇ ਪੈਰ ਨਹੀਂ ਛੱਡੇ ਸੋ ਇਕੱਲੀ ਇਕੱਲੀ ਗੱਲ ਸੁਣਨ ਵਾਲੀ ਹੈ ਕਿ ਪੜ੍ਹਨੀ ਸਵੇਰੇ ਉੱਠ ਬਾਣੀ ਚਾਹੀਦੀ ਰੋਟੀ ਕਿਰਤ ਕਮਾਈ ਕਰ ਖਾਣੀ ਚਾਹੀਦੀ ਪੜ੍ਹਨੀ ਸਵੇਰੇ ਉੱਠ ਪਾਣੀ ਚਾਹੀਦੀ ਗਹੂਣ ਸਾਹਿਬ ਨਿੱਘੀ ਜਵਾਇਆ ਤੁਸੀਂ ਪਿੱਛੇ ਅੱਜ ਬਹਿ ਗਏ ਗਹੂਣ ਸਾਹਿਬ ਕਿਆ ਬਾਤ ਹੈ ਨਿੱਘੀ ਸਲਾਮ ਦੁਬਈ ਤੋਂ ਸਾਡੇ ਬਹੁਤ ਹੀ ਅਜੀਜ਼ ਗਹੂਣ ਸਾਹਿਬ ਹੌਲੀ ਹੌਲੀ ਲੱਭ ਲੈਣੇ ਮੈਂ ਸਾਰੇ ਬੰਦੇ ਭਾਅ ਜੀ ਤੇਲ ਤਾਂ ਤੁਹਾਡੇ ਨਾਂ ਦਾ ਹੀ ਚੱਲਦਾ ਇਹ ਤਾਂ ਕਲਾਕਾਰ ਐਵੇਂ ਹਿੱਕਾਂ ਠੁੱਕਣ ਲੱਗ ਪੈਂਦੇ ਕਲਾਕਾਰ ਬਾਪੂ ਜੀ ਭਾਵੇਂ ਕੋਈ ਹਰ ਇੱਕ ਦਾ ਲੁੱਟਣ ਦਾ ਸਾਧਨ ਹੈ ਕੋਈ 10 ਲੱਖ ਲੈ ਰਿਹਾ ਅਸੀਂ ਵੀ ਇਹਨਾਂ ਤੋਂ ਲੈਣੇ ਅਸੀਂ ਵੀ ਲੁੱਟ ਰਹੇ ਪਰ ਆਪਾਂ ਉਨੇ ਕੁ ਲਈਦੇ ਉਨੇ ਕੁ ਕੰਮ ਜ਼ਰੂਰ ਕਰਕੇ ਜਾਈਦਾ ਕਲਾਕਾਰ ਕੋਈ ਵੀ ਹੋਵੇ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਈ ਵਾਰ ਇੱਦਾਂ ਹੁੰਦਾ ਜਿੰਨੇ ਅੰਕਲ ਜੀ ਕਲਾਕਾਰ ਨੇ ਵੱਧ ਪੈਸੇ ਲਏ ਉਹਦੀ ਅਦਬ ਇੱਜ਼ਤ ਉਨੀ ਵੱਧ ਲੁੱਟ ਕੇ ਲੈ ਚੱਲਿਆ ਉਹਦਾ ਸੋ ਕੋਸ਼ਿਸ਼ ਕਰਿਆ ਕਰੋ ਜਿਨ੍ਹਾਂ ਨੂੰ ਪੈਸੇ ਦੇਣੇ ਕੁਝ ਨਾ ਕੁਝ ਝੋਲੀ ਜ਼ਰੂਰ ਪਾਵੇ ਕਿਉਂਕਿ ਸਮਾਂ ਹੌਲੀ ਹੌਲੀ ਬਦਲ ਰਿਹਾ ਮਾਲਕ ਮਿਹਰ ਕਰੇ ਇੱਦਾਂ ਦਾ ਮਾਹੌਲ ਬਣੇ ਪੰਜਾਬ ਜਿਹੜੇ ਹਾਲਾਤਾਂ 'ਚੋਂ ਪੰਜਾਬ ਨਿਕਲ ਰਿਹਾ ਆ ਜਵਾਨੀ ਮਾਵਾਂ ਦੇ ਪੁੱਤ ਡਿਗਰੀਆਂ ਕਰਕੇ ਵਿਹਲੇ ਨਾ ਕੋਈ ਫਿਰੇ ਕਾਰੋ ਕਿੱਤੀ ਲੱਗਣ ਬੇਬੇ ਬਾਪੂ ਦੇ ਕਹਿਣੇ ਖਾਨ ਕਿ ਪੜ੍ਹਨੀ ਸਵੇਰੇ ਉੱਠ ਬਾਣੀ ਚਾਹੀਦੀ ਰੋਟੀ ਕਿਰਤ ਕਮਾਈ ਕਰ ਖਾਣੀ ਚਾਹੀਦੀ ਮੁੱਲ ਮਿਹਨਤ ਦਾ ਪੈਂਦਾ ਏ ਜ਼ਰੂਰ ਬੰਦੇ ਦਾ ਜੰਮਣਾ ਗਰੀਬ ਹੁੰਦਾ ਬਸ ਰੱਬ ਦੇ ਜੰਮਣਾ ਗਰੀਬ ਹੁੰਦਾ ਬਸ ਰੱਬ ਦੇ ਪਰ ਮਰਨਾ ਗਰੀਬ ਇਹ ਕਸੂਰ ਬੰਦੇ ਦਾ ਜੰਮਣਾ ਗਰੀਬ ਹੁੰਦਾ ਬਸ ਰੱਬ ਦੇ ਪਰ ਮਰਨਾ ਗਰੀਬ ਇਹ ਕਸੂਰ ਬੰਦੇ ਦਾ
कम छोटा नहीं कोई भी छोटी सोच हुंदी आ बेले रह के ना तरक्की कदे लोच हुंदी आ कम छोटा नहीं भी जी आ कम कर लिया यार गुआंडी की कहणगे पिंड वाले की कहणगे यार बस इत्थे ही रहिणे आपां मैं एक दिन परसों साइकिल चक के जावां ते खेतों तो मैं साडा मोहर जितों खेत लगते गुआढ़ी कहता वो कहता तू वो इन्ने माड़े दिन आ गए प्रोग्राम नहीं लगते सोच लोगों की मैं कहा यार साइकिल मैं चला रहा तेनों मतलब लोग सोच साड़ी ये खड़ी है कि जे किसी ने साइकिल चला लिया तो यह माड़ा टाइम शुरू है कम छोटा नहीं कोई भी छोटी सोच हुंदी आ सोच हुंदी आ वेले रह के ना तरक्की कदे लोच हुंदी आ मारदा ए बंदे नू गरूर बंदे दा हो जमना गरीब हुंदा बस रब दे मरना गरीब है कसूर बंदे दा जमना गरीब हुंदा बस रब दे मरना गरीब या कसूर बंदे दा मेहरबानी अंकल जी फिर आऊंगे दोबारे अज रख लो अगली फेरे थोनू देख के कोई उठूगा मेहरबानी अंकल जी जदों मिलती है मंजिल तां सीने तण दे नवे इतिहास मेल तां ना बनदे मिलती है मंजिल तां सीने तण दे नवे इतिहास मेल तां ना बनदे रह जांदा है अतीत उदों दूर बंदे दा जमना गरीब हुंदा बस रब दे मरना गरीब आ कसूर बंदे दा जमना गरीब हुंदा बस रब दे मरना गरीब आ कसूर घर दी गरीबी चो ऐसे भी पड़िया घर दी गरीबी चो ऐ पम्मा पड़िया मेहनतां दा रंग राहो वेख चढ़िया गहूण साहब मिगी जो ऐ भाजी ध्यान रखियो बहुत ही सत्कार जो गहूण साहब बहुत सरादर सत्कार ना चारे पासे अज मशहूर पम्मे दा जमना गरीब हुंदा बस रब दे मरना गरीब आ सूर बंदे दा जमना गरीब हुंदा बस रब दे मरना गरीब आ सूर बंदे दा मरना गरीब आ सूर बंदे दा कसूर बंदे दा गल चंगी लगी तो ताड़ी मार दे और बेनती है ये कुछ ना कुछ आप मेले चो लेके जाना एक वीरे ने भी असर कर लिया पे आप अज तो मेहनत ले डटांगे और मैं लिखती देन नू तैयार है जेडे लोग मेहनत करते ने टाइम जरूर लग जाता है पर एक ना एक दिन आउंदा जरूर फोटो वाले वीरे वालों बहुत सारा प्यार फोटो खिंच लें वीरा हाँ इंस्टा ते पा दांगे सो अगला गीत जिस गीत हाँ जी केड़ा अटवाल सा मेला वाले वो गीत जिहड़ा सोशल मीडिया ते बहुत बड़ी तादाद दे विच वायरल होया सो कली कली गल सुनने वाली है महिला वाले खान गोलियां नींदियां ते कुलियां वाले बिना बिस्तरे सुते वेखे आ जी जिन्नियां लम्मियां कारां सोच है उन्नी छोटी पई बापू जी वालों बहुत सरादा आशीर्वाद जिन्नियां लम्मियां कारां सोच है उन्नी छोटी पई अजकल नहीं ओ चढ़दा गल कोई माड़ी मोटी पई बुढ़े मा
ਆਪਣੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੈਡਾਂ ਪੈਟ ਬੁੱਲ ਖਾਂਦੇ ਵੇਖੇ ਨੇ ਪਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਜੀਆ ਕੋਈ ਅਰਬਾਂ ਦਾ ਮਾਲਕ ਸਾਲੇ ਮੁੱਲ ਨਹੀਂ ਸਕਦਾ 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 ਮਾਂ ਬਰਾਬਰ ਰਿਸ਼ਤਾ ਕੋਈ ਵੀ ਮੁੱਲ ਨਹੀਂ ਸਕਦਾ ਮਾਂ ਬਰਾਬਰ ਰਿਸ਼ਤਾ ਕੋਈ ਵੀ ਮੁੱਲ ਨਹੀਂ ਸਕਦਾ ਦੌਰ ਜਦੋਂ ਨੇ ਚੱਲਦੇ ਬੰਦੇ ਤੇ ਮਾੜੇ ਟਾਈਮ ਦੇ ਦੌਰ ਜਦੋਂ ਨੇ ਚੱਲਦੇ ਬੰਦੇ ਤੇ ਜੋ ਦਿਲ ਦੇ ਨੇੜੇ ਓਈਓ ਸਾਰ ਦੇ ਪੁੱਤੇ ਵੇਖੇ ਨੇ ਕੱਢਣ ਅੱਖਾਂ ਚ ਚੁੰਨੀਆਂ ਸਿਰ ਤੋਂ ਖਿਸਕਦੀਆਂ ਭੈਣਾਂ ਨੂੰ ਕੱਢਣ ਅੱਖਾਂ ਚ ਚੁੰਨੀਆਂ ਸਿਰ ਤੋਂ ਖਿਸਕਦੀਆਂ ਭੈਣਾਂ ਨੂੰ ਕੱਢਣ ਅੱਖਾਂ ਜੇ ਚੁੰਨੀਆਂ ਸਿਰ ਤੋਂ ਖਿਸਕਦੀਆਂ ਪਰ ਆਪ ਮੋੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ ਆਪ ਮੋੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ ਮੁਸੀਬਤ ਅਕਸਰ ਹੀ ਜਿਨ੍ਹਾਂ ਦੇ ਪੈਰੀ ਪਾਏ ਮਹਿੰਗੇ ਜੁੱਤੇ ਵੇਖੇ ਨੇ ਕੋਈ ਨੀ ਆਪਣਾ ਬਣਦਾ ਲੱਖ ਬਟਾ ਲਓ ਪੱਗਾਂ ਨੂੰ ਕੋਈ ਨੀ ਆਪਣਾ ਬਣਦਾ ਲੱਖ ਬਟਾ ਲਓ ਪੱਗਾਂ ਨੂੰ ਆ ਹੁਣ ਸਰਪੰਚੀ ਦਾ ਇਲੈਕਸ਼ਨ ਲੰਘਿਆ ਇੱਥੇ ਪਿੰਡ ਇਲੈਕਸ਼ਨ ਹੋਇਆ ਜੀ ਕਿਆ ਸਿਲੈਕਸ਼ਨ ਹੋਈ ਇਲੈਕਸ਼ਨ ਇਲੈਕਸ਼ਨ ਹੋਈ ਸਾਰੇ ਪਿੰਡਾਂ 'ਚ ਸਾਡੇ ਪਿੰਡ ਵੀ ਇਲੈਕਸ਼ਨ ਹੋਈ ਪਰ ਬੜੀ ਹੈਰਾਨੀ ਦੀ ਗੱਲ ਜਿਨ੍ਹਾਂ ਦੀ ਇੱਕ ਥਾਲੀ ਦੇ ਵਿੱਚ ਐਨ ਨਿਕੜ ਤੁੱਕੜ ਸੀ ਨਾ ਖਾਣ ਪੀਣ ਦਾ ਐਨ ਲੋਕ ਛਾਂਟੇ ਗਏ ਅਤੇ ਹੁਣ ਲੋਕਾਂ ਨੇ ਦੋ ਦੋ ਤਿੰਨ ਤਿੰਨ ਸਾਲ ਨਹੀਂ ਬੋਲਣਾ ਇੱਕ ਦੂਜੇ ਨਾਲ ਫਿਰ ਤਿੰਨ ਕੁ ਸਾਲ ਦੇ ਬਾਅਦ ਤਿੰਨ ਸਾਲ ਨਹੀਂ ਪਰ ਲੰਘਣੇ ਧੌਲ ਸਾਹਿਬ ਆ ਐਮ ਪੀ ਦੀਆਂ ਵੋਟਾਂ ਆ ਗਈਆਂ ਇਹਨਾਂ ਨੇ ਫਿਰ ਦਫਾੜੀ ਕਈ ਜਗ੍ਹਾ ਅੰਮ੍ਰਿਤਸਰ ਦੀ ਪਰਸੋਂ ਦੀ ਗੱਲ ਹੈ ਜਿਹੜਾ ਸਰਪੰਚ ਹਾਰਿਆ ਜਿਹੜਾ ਸਰਪੰਚ ਬਣਿਆ ਉਹਨੇ ਦੋਨਾਂ ਹੀ ਲੱਤਾਂ ਤੋੜਤੀਆਂ ਕਹਿੰਦਾ ਜੇਲ੍ਹ 'ਚ ਰਹਿ ਲੂੰ ਜੱਟ ਪਰ ਇਹਨੂੰ ਨਹੀਂ 6 ਮਹੀਨੇ ਇਹਦੇ ਪੈਰ ਥੱਲੇ ਲੱਗਣ ਦਿੰਦਾ ਸੋ ਹੱਥ ਜੋੜ ਕੇ ਬੇਨਤੀ ਹੈ ਵੋਟਾਂ ਪੈ ਗਈਆਂ ਅਤੇ ਉੱਦਣ ਇਹ ਕੰਮ ਖਤਮ ਕਰ ਲਿਆ ਕਰੋ ਵੋਟ ਇਹ ਮਤ ਦਾ ਦਾਨ ਹੈ ਨਾ ਮਤਦਾਨ
ਇੱਥੇ ਕਿਸੇ ਨੂੰ ਸਖਤੀ ਵੀ ਨਹੀਂ ਕੀਤੀ ਜਾ ਸਕਦੀ ਜਿੱਥੇ ਤੁਹਾਡਾ ਅੰਦਰੋਂ ਹਿਰਦਾ ਕਹਿੰਦਾ ਵੀ ਆਹ ਬੰਦਾ ਠੀਕ ਹੈ ਇਹਨੂੰ ਪਾਣੀ ਚਾਹੀਦੀ ਪਰ ਉਹ ਉਦਣੇ ਹੀ ਇਲੈਕਸ਼ਨ ਤੋਂ ਬਾਅਦ ਅਗਲੇ ਦਿਨ ਕੰਮ ਖਤਮ ਕਰ ਲਿਆ ਕਰੋ ਇਹ ਪਿੰਡਾਂ ਦੀਆਂ ਸਾਂਝਾਂ 'ਤੇ ਬੜਾ ਵੱਡਾ ਅਸਰ ਪੈਂਦਾ ਆ ਵੋਟਾਂ ਦਾ ਹੁਣ ਸਰਪੰਚ ਹੀ ਲੰਘੀ ਐਮ ਪੀ ਦੀ ਫਿਰ ਐਮ ਐਲ ਏ ਦੀਆਂ ਆ ਜਾਣੀਆਂ ਅਤੇ ਅਸੀਂ ਐਨ ਦੇਖਦਾ ਵੀ ਅਗਲਾ ਐ ਘੂਰ ਕੇ ਸੋ ਹੱਥ ਜੋੜ ਕੇ ਬੇਨਤੀ ਹੈ ਵੰਡਣਾ ਤਾਂ ਪਿਆਰ ਵੰਡੋ ਸਾਰਿਆਂ ਨੇ ਮੁੱਕਣਾ ਇੱਕ ਦਿਨ ਤੁਸੀਂ ਵੀ ਜਾਣਾ ਦੁਨੀਆਂ ਤੋਂ ਮੈਂ ਵੀ ਜਾਣਾ ਪਰ ਜੇ ਮਰਿਆਂ ਤੋਂ ਵੀ ਬਗਤੋਈਆਂ ਹੋਈ ਗਈਆਂ ਫਿਰ ਜ਼ਿੰਦਗੀ ਜਾਣ ਦਾ ਫਾਇਦਾ ਕੋਈ ਨਹੀਂ ਭਾਵੇਂ ਕੋਈ ਲੱਖ ਦੁਸ਼ਮਣ ਹੋਵੇ ਜਿੱਦਣ ਕਿਸੇ ਨੂੰ ਜ਼ਰੂਰਤ ਹੋਵੇ ਉੱਦਣ ਜ਼ਰੂਰ ਖੜਿਆ ਕਰੋ ਜਿੰਨੇ ਕੁ ਵੀ ਜੋਗੇ ਹੈਗੇ ਕਿਸੇ ਦੀ ਇੱਜ਼ਤ ਉਛਾਲਿਆ ਨਾ ਕਰੋ ਇੱਜ਼ਤ ਦੇ ਸਾਂਝੀਦਾਰ ਬਣਿਓ ਆ ਸਿਆਣੇ ਪੁਰਾਣੇ ਬੈਠੇ ਉਦੋਂ ਵੀ ਹੁੰਦਾ ਸੀ ਸਿਸਟਮ ਪਰ ਪਿੰਡ ਦਾ ਕੋਈ ਵੀ ਬੰਦਾ ਬਜ਼ੁਰਗ ਇੱਦਾਂ ਦਾ ਨਹੀਂ ਹੁੰਦਾ ਸੀ ਕਿ ਕਿਸੇ 'ਤੇ ਭਾਰੂ ਪਵੇ ਜਾਂ ਕਿਸੇ ਦੀ ਇੱਜ਼ਤ ਆਬਰੂ ਦੀ ਗੱਲ ਹੋਵੇ ਅਤੇ ਉੱਥੇ ਉਹ ਨਾ ਖੜੇ ਪਰ ਅੱਜ ਦਾ ਜ਼ਮਾਨਾ ਅਸੀਂ ਕਹਿੰਦੇ ਪੜ੍ਹ ਲਿਖ ਗਏ ਪਰ ਹੁਣ ਆਪਾਂ ਨਜ਼ਾਰੇ ਲੈਣ ਲੱਗ ਗਏ ਸਕੇ ਚਾਚੇ ਤਾਇਆਂ 'ਚ ਇਹ ਬਲੱਡ 'ਚ ਇਹ ਗੱਲਾਂ ਆ ਗਈਆਂ ਕਿ ਅਗਲਾ ਦੂਏ ਦੀ ਖਿੱਲੀ ਦੇਖ ਕੇ ਅੰਦਰ ਅੰਦਰੂਨੀ ਖੁਸ਼ ਹੈ ਵੀ ਨਜ਼ਾਰਾ ਆ ਗਿਆ ਯਾਰ ਸੋ ਮਹਾਰਾਜ ਮਿਹਰ ਕਰੇ ਸੋਚ ਬਣੇ ਸਾਡੀ ਪੰਜਾਬੀਆਂ ਵਾਲੀ ਨਹੀਂ ਤਾਂ ਵੀ ਸਾਡੇ ਨਾਲੇ ਯੂਪੀ ਵਾਲੇ ਭਾਈਆਂ 'ਚ ਫਰਕ ਕੋਈ ਨਹੀਂ ਰਹਿ ਗਿਆ ਉਹ ਵੀ ਛੋਰਾ ਮਿੰਟ 'ਚ ਕੱਢ ਲੈਂਦੇ ਫਿਰ ਕੋਈ ਨਹੀਂ ਆਪਣਾ ਬਣਦਾ ਲੱਖ ਵਟਾ ਲਓ ਪੱਕਾ ਨੂੰ ਕੋਈ ਨਹੀਂ ਆਪਣਾ ਬਣਦਾ ਲੱਖ ਵਟਾ ਲਓ ਪੱਕਾ ਨੂੰ ਅਲ ਫੂਕੇ ਵਾਲਿਆ ਭਗਮਾ ਕਦੋਂ ਲੁਕਾਉਂਦਾ ਠੱਗਾ ਨੂੰ ਅਲ ਫੂਕੇ ਵਾਲਿਆ ਭਗਮਾ ਕਦੋਂ ਲੁਕਾਉਂਦਾ ਠੱਗਾ ਨੂੰ ਫੋਟੋਆਂ ਦੇ ਨਾਲ ਮਾਵਾਂ ਦੁੱਖ ਫਰੋਲਦੀਆਂ ਫੋਟੋਆਂ ਦੇ ਨਾਲ ਮਾਵਾਂ ਦੁੱਖ ਫਰੋਲਦੀਆਂ ਜਿਨ੍ਹਾਂ ਦੇ ਪੁੱਤਰ ਮਰਦੇ ਜੋਬਨ ਰੁੱਤੇ ਵੇਖੇ ਨੇ ਬਿਨਾ ਬਿਸਤਰੇ ਸੁੱਤੇ ਵੇਖਣੇ ਗਹੁਣ ਸਾਹਿਬ ਅਗਲੀਆਂ ਗੱਲਾਂ ਬਿਲਕੁਲ ਨਵੀਆਂ ਪਹਿਲੀ ਵਾਰ ਮੈਂ ਸਟੇਜ 'ਤੇ ਬੋਲ ਰਿਹਾ ਇਹੀ ਸਕਿੱਲ ਭਾਜੀ ਮਾਲਵਾ ਟੀਵੀ ਇਹ ਵੀਰਿਆਂ ਨੂੰ ਮੁਬਾਰਕਾਂ ਇਹਨਾਂ ਨੂੰ ਖਾਸੇ ਆਪਾਂ ਇਹਨਾਂ ਦੇ ਏਰੀਏ 'ਚ ਉੱਧਰ ਜ਼ਿਆਦੇ ਮਝੈਲ ਕਹਿੰਦੇ ਮਝੈਲ ਏਰੀਆ ਅੰਮ੍ਰਿਤਸਰ ਏਰੀਏ ਨੂੰ ਕੀ ਕਹਿੰਦੇ ਹੈਂਜੀ ਮਾਝਾ ਮਝੈਲ ਮਾਝਾ ਮਾਝਾ ਕਾਫੀ ਪ੍ਰੋਗਰਾਮ ਇਹਨਾਂ ਨਾਲ ਅਸੀਂ ਲਾਏ ਸੋ ਇੱਕ ਵਧੀਆ ਜ਼ਰੀਆ ਬਣ ਗਿਆ ਕਦੇ ਜ਼ਰੀਆ ਟੀਵੀ ਸੀ ਕਦੇ ਜਲੰਧਰ ਦੂਰਦਰਸ਼ਨ ਦੀ ਬੱਲੇ ਬੱਲੇ ਸੀ ਫਿਰ ਚੈਨਲ ਚੱਲ ਪਏ ਹੁਣ ਸਭ ਕੁਝ ਫੇਲ ਹੁਣ ਹਰ ਇੱਕ ਦੇ ਜੇਬ 'ਚ ਟੀਵੀ ਹੈ ਅੰਕਲ ਜੀ ਬਲਿਊਟੁੱਥ ਦੇ ਅਗਲੇ ਦਾ ਨਾਮ ਭਰਨਾ ਬਲਿਊਟੁੱਥ ਨਹੀਂ ਯੂਟਿਊਬ ਸਾਰਾ ਕੁਛ ਭੰਡਾਰ ਕੋਈ ਵਿਹਲਾ ਨਹੀਂ ਅੱਜ ਦੇ ਟਾਈਮ ਸੋ ਅਗਲੀ ਇਕੱਲੀ ਇਕੱਲੀ ਗੱਲ ਧੀਆਂ ਵੀ ਨਹੀਂ ਜੰਮਣੀਆਂ ਸੁਖ ਲਏ ਪੁੱਤ ਸਿੱਧੇ ਮੂੰਹ ਨਹੀਂ ਬੋਲਦੇ ਧੀਆਂ ਵੀ ਨਹੀਂ ਜੰਮਣੀਆਂ ਤੇ ਵੋਟੀਆਂ ਵੀ ਟੋਲਦੇ ਸੁੱਖਾਂ ਸੁੱਖ ਲਏ ਪੁੱਤ ਸਿੱਧੇ ਮੂੰਹ ਨਹੀਂ ਬੋਲਦੇ ਕੰਜਕਾਂ ਵੀ ਪੂਜਦੇ ਨੇ ਕੁੱਖਾਂ 'ਚ ਵੀ ਕੰਜਕਾਂ ਵੀ ਪੂਜਦੇ ਨੇ ਕੁੱਖਾਂ 'ਚ ਵੀ ਮਾਰਦੇ ਨੇ ਇਸ ਗੱਲੋਂ ਬੜਾ ਹੀ ਹੈਰਾਨ ਹੁੰਨਾ ਵਾ ਦੁਨੀਆਂ ਦੇ ਦੋਗਲੇ ਤੇ ਝੂਠੇ ਕਿਰ
ਕਿਰਦਾਰ ਤੋਂ ਕਦੇ ਕਦੇ ਬਹੁਤ ਹੀ ਹੈਰਾਨ ਹੁੰਨਾ ਵਾ ਦੁਨੀਆਂ ਦੇ ਦੋਗਲੇ ਝੂਠੇ ਕਿਰਦਾਰ ਤੋਂ ਕਦੇ ਕਦੇ ਬਹੁਤ ਹੀ ਹੈਰਾਨ ਹੁੰਨਾ ਵਾ ਛੋਟੇ ਜਿਹੇ ਵੀਰੇ ਵੱਲੋਂ ਬਹੁਤ ਸਾਰਾ ਆਦਮ ਸਤਿਕਾਰ ਕਿਹੜਾ ਪਿੰਡ ਆਪਣਾ ਫੋਟੋ ਖਿਚਾਣੀ ਆਓ ਬਈ ਫੋਟੋ ਵਾਲਾ ਵੀਰਾ ਕਿੱਧਰ ਹੈ ਕਿਹੜੀ ਕਲਾਸ ਹੋ ਗਈ ਆਪਣੀ ਨਰਸਰੀ ਕਿਆ ਪੜ੍ਹਾਉਂਦੇ ਅੱਜ ਕੱਲ੍ਹ ਊੜਾ ਏੜਾ ਪੜ੍ਹਿਆ ਕਿ ਨਹੀਂ ਨਰਸਰੀ ਕਿਆ ਕਹਿੰਦੇ ਪੰਜਾਬੀ ਬੋਲਣੀ ਨਹੀਂ ਸਕੂਲ ਚੋਂ ਕੱਢ ਦਾਂਗੇ ਇੱਦਾਂ ਤਾਂ ਨਹੀਂ ਉਹਦਾ ਊੜਾ ਏੜਾ ਪੜ੍ਹਿਆ ਜੇ ਨਰਸਰੀ ਊੜਾ ਏੜਾ ਏ ਵੀ ਸੀ ਅੱਜ ਇੱਕ ਮਿੰਟ ਅਜੇ ਫੋਟੋ ਤਾਂ ਹੋਈ ਨਹੀਂ ਮਿੱਤਰ ਆ ਜਾਓ ਚੱਲ ਇੱਕ ਗੱਲ ਸੱਚ ਦੱਸਣੀ ਬਿਲਕੁਲ ਝੂਠ ਨਹੀਂ ਬੋਲਣਾ ਇੱਕ ਪੈਸਾ ਵੀ ਠੀਕ ਹੈ ਸੱਚ ਬੋਲੇਗਾ ਸੱਚ ਕਹੇਗਾ ਜੇ ਗੱਲ ਪੁੱਛਾਂ ਸਵੇਰੇ ਸਕੂਲ ਜਾਣ ਲੱਗਿਆ ਡਰ ਲੱਗਦਾ ਕਿ ਨਹੀਂ ਬਿਲਕੁਲ ਸੱਚ ਦੱਸਣਾ ਨਹੀਂ ਸੋਚ ਕੇ ਦੱਸਿਆ ਹੁਣ ਝੂਠ ਬੋਲ ਗਿਆ ਪਤੰਦਰਾ ਇੱਕ ਵਾਰ ਖੁੱਲ ਕੇ ਤਾੜੀਆਂ ਛੋਟੇ ਵੀਰੇ ਦੇ ਲਈ ਇੱਕ ਵਾਰ ਖੁੱਲ ਕੇ ਤਾੜੀਆਂ ਭਗ ਜੀ ਲਈ ਹੈਂਜੀ ਮੂਲਾ ਮੋਣਾ ਵੀਰੇ ਦਾ ਨਾਂ ਮੋਹਣੇ ਦੇ ਨਾਂ ਤੇ ਖੁੱਲ ਕੇ ਤਾੜੀਆਂ ਬਾਈ ਖੁੱਲ ਕੇ ਪਲੀਜ਼ ਮੋਹਣਿਆ ਮਾਲਕ ਨੂੰ ਤੈਂ ਹੀ ਲੱਗਣਾ ਸੋਹਣਾ ਸਾਡੇ ਵਰਗਿਆਂ ਨੇ ਫਸ ਜਾਣਾ ਵੀਰਾ ਉੱਪਰ ਜਾ ਕੇ ਇੱਕ ਵਾਰ ਖੁੱਲ ਕੇ ਤਾੜੀਆਂ ਮੋਹਣੇ ਦੇ ਨਾਂ ਤੇ ਜਿਹੜੇ ਲੋਕ ਚਤਰਾਈਆਂ ਤੋਂ ਦੂਰ ਹੈ ਹੁਸ਼ਿਆਰੀਆਂ ਤੋਂ ਦੂਰ ਹੈ ਤੈਂ ਚੰਗਾ ਰਹਿ ਜਾਣਾ ਵੀਰਾ ਆ ਪੈਸੇ ਇਕੱਠੇ ਕਰਦੇ ਕਰਦੇ ਨੇ ਫਸ ਜਾਣਾ ਜਾਣਾ ਤਾਂ ਸਾਰੇ ਨੇ ਜੈ ਮੋਹਣੇ ਤੇਰੀ ਜੈ ਜੈ ਕਰ ਝੂਠੇ ਨੇ ਪਿਆਰ ਇੱਥੇ ਉਹ ਝੂਠੀਆਂ ਨੇ ਯਾਰੀਆਂ ਆ ਕੋਨਾ ਬੰਦਾ ਗੱਡੀ ਤੇ ਲਿਖਾਵੇ ਸਰਦਾਰੀਆਂ ਇਹ ਸੱਚ ਹੈ ਕਹਿੰਦੇ ਗੱਡੀ ਉੱਤੇ ਮਿਸਟਰ ਸਿੰਘ ਲਿਖਾਇਆ ਅੱਧੇ ਕਿਲੋ ਦਾ ਮੈਂ ਕੋੜਾ ਹੱਥ ਵਿੱਚ ਪਾਇਆ ਮਿਸਟਰ ਸਿੰਘ ਦਾ ਨਾਲੇ ਅੱਧੇ ਕਿਲੋ ਕੜੇ ਦਾ ਹਿਸਾਬ ਕਿਤਾਬ ਸਾਨੂੰ ਸਮਝ ਆਇਆ ਨਹੀਂ ਅੱਜ ਤੱਕ ਹੁਣ ਸਾਹਿਬ ਤੁਹਾਨੂੰ ਆ ਜਾਣਾ ਜ਼ਰੂਰ ਦੱਸਿਆ ਝੂਠੇ ਨੇ ਪਿਆਰ ਉਹ ਝੂਠੀਆਂ ਨੇ ਯਾਰੀਆਂ ਜੈਲ ਵਾਲਾ ਗੱਡੀ ਤੇ ਲਿਖਾਵੇ ਸਰਦਾਰੀਆਂ ਦੀਪ ਬਰਨਾਲਿਆ ਆ ਪੰਮਾ ਡੂਮੇਵਾਲਿਆ ਕਦੇ ਕਦੇ ਤੂੰ ਵੀ ਬੇਈਮਾਨ ਹੁੰਨਾ ਏ ਦੁਨੀਆਂ ਦੇ ਦੋਗਲੇ ਝੂਠੇ ਕਿਰਦਾਰ ਕਦੇ ਕਦੇ ਬਹੁਤ ਹੀ ਹੈਰਾਨ ਹੁੰਨਾ ਏ ਦੁਨੀਆਂ ਦੇ ਦੋਗਲੇ ਝੂਠੇ ਕਿਰਦਾਰ ਕਦੇ ਕਦੇ ਬਹੁਤ ਹੀ ਹੈਰਾਨ ਹੁੰਨਾ ਏ ਕਦੇ ਕਦੇ ਬਹੁਤ ਹੀ ਹੈਰਾਨ ਹੁੰਨਾ ਏ ਹੋ ਗੱਲ ਚੰਗੀ ਲੱਗੀ ਤਾਂ ਖੁੱਲ੍ਹ ਕੇ ਤਾੜੀ ਇਹ ਅੰਕਲ ਜੀ ਤੁਹਾਡੇ ਕਰਕੇ ਤੁਸੀਂ ਪੇਮੈਂਟ ਵਧਾ ਤੀ ਨਾ ਮੈਂ ਨਵੀਆਂ ਗੱਲਾਂ ਸਾਰੀਆਂ ਕੱਢ ਦੇਣੀਆਂ ਅੱਜ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਪਲੀਜ਼ ਖੁੱਲ੍ਹ ਕੇ ਤਾੜੀਆਂ ਮੇਰੀ ਪੰਜਵੀਂ ਹਜ ਪੰਜਵੀਂ ਅੰਕਲ ਜੀ ਕਿ ਚੌਥੀ ਵਾਰ ਜੇ ਜੀਂਦੇ ਰਹੇ ਤਾਂ ਅਗਲੀ ਵਾਰ ਵੀ ਠੀਕ ਹੈ ਸੋ ਅਗਲਾ ਗੀਤ ਮੋੜੀ ਵੇ ਮੋੜੀ ਬਾਬਾ ਸੋ ਮੋੜੀ ਵੇ ਮੋੜੀ ਬਾਬਾ ਜੇ ਇੱਥੇ ਪਾਲ ਪਤੰਦਰ ਵੀਰਾ ਹੋਵੇ ਇੱਕ ਵਾਰ ਜ਼ਰੂਰ ਆਵੇ ਜਿਹੜੇ ਵੀਰੇ ਨੇ ਇਹ ਗੀਤ ਲਿਖਿਆ ਸੀ ਕਿਉਂਕਿ ਕਦੇ ਕਦੇ ਕੋਈ ਵਧੀਆ ਗੀਤ ਨਿਕਲਦਾ ਜਿਹਦੇ ਨਾਲ ਵੱਡੀ ਪਛਾਣ ਬੰਦੇ ਨੂੰ ਮਿਲਦੀ ਹੈ ਆ ਗਿਆ ਵੀਰਾ ਆ ਗਿਆ ਇੱਕ ਵਾਰ ਖੁੱਲ੍ਹ ਕੇ ਤਾੜੀਆਂ ਪਾਲ ਪਤੰਦਰ ਦੇ ਨਾਂ 'ਤੇ ਜਿਨ੍ਹਾਂ ਨੇ ਮੋੜੀ ਵੇ ਮੋੜੀ ਬਾਬਾ ਗੀਤ ਸੁਣਿਆ ਇੱਕ ਵਾਰ ਪਲੀਜ਼ ਖੁੱਲ੍ਹ ਕੇ ਤਾੜੀਆਂ ਇਹ ਸੱਚ ਹੈ ਕਲਾਕਾਰ ਤਾਂ ਫਿਰ ਪ੍ਰੋਗਰਾਮ ਲਾ ਕੇ ਲੱਖਾਂ ਇਕੱਠੇ ਕਰ ਲੈਂਦੇ ਪਰ ਗੀਤਕਾਰ ਕੋਲ ਸਿਰਫ ਨਾਂ ਇੱਕ ਵਾਰ ਪਲੀਜ਼ ਖੁੱਲ੍ਹ ਕੇ ਤਾੜੀਆਂ ਮਾਰ ਦਿਓ ਪਾਲ ਪਤੰਦਰ ਵੀਰੇ ਦੇ ਨਾਂ 'ਤੇ ਬਾਪੂ ਜੀ ਵੱਲੋਂ ਬਹੁਤ ਸਾਰਾ ਆਦਮ ਅਸ਼ੀਰਵਾਦ ਔਰ ਮੇਰੀ ਦਿਲੋਂ ਗੁਜ਼ਾਰਿਸ਼
बेनती है वीरे नूं इदां दे सोहणे सोहणे गीत कलम चों निकलदे रहिण और हमेशा कोशिश करांगे चंगा सुनाउण दी चंगा गाउण दी। अपना पचंगी है सत श्री अकाल। ये बड़ी खुशी हुई दस्तार तेरे सिर ते सुशोभित है बापू दे नक्शे कदमां ते चलना ठीक है मालक मेहर करे होर एक वीरे दा नवीं गल्लां भी जरूर गावांगे। सो अगला गीत मोड़ी में मोड़ी बाबा चकमी वडीर नूं थोड़ी नजर आ जाए ना बोले ते आकड़ां दी पट्टी कहंदे आकड़ां दी पट्टी कहंदे बोले हस के ते कुड़ी खराब लगे भैने अपनी लगे भैने अपनी लगे गंगा जल वर्गी ओ होवे किसे दी होवे किसे दी तां लखिया शराब कहंदे मोड़ी बाबा चकनी बनीर नो मोड़ी पे मोड़ी ओ क्लास मेरी बंद ला दी कलाकार जिस तरह के गीतां गीतां च वालां दा स्टाइल लेके आउंदे ने मुंडे सलून च जाके वही सिस्टम बन जांदा है। भैणां दा भी यही गुस्सा ना करियो एक जगह नहीं कदे हुंदा सी गुत्तां ढाई ढाई तीन तीन फुट दियां हुण पोलियां रह गईयां ना तां सी संदीप कौर हुण सोनी हो गई ते ढाई फुट दी गुत बढ़ा के पोनी हो गई जिस नलुए दियां कुल दुनिया ते अज भी गल्लां हुंदियां ओदे वारस केस कटा कन्नां विच पाईयां मुंदरां दिओ जरूर जवाब तुहानू गल इक पुछां किधर गईयां सरदारो दाड़ियां पग्गां मुछां पिछे जे बड़ा रवाज चलिया जेल ला के बाल खड़े करन दा
फिर गीतां च गुत आ गई, मुंडे ने गुत रख ली। खास तौर पर यह नवां शहर एरिया ये काफ़ी फॉलो कर देना एक पिछे जो होर रवाज चलिया वो बड़िया बड़िया मुछा दाड़िया उत्ते जेल ला के कहते गीत चलिया मित्रा ने मुछ रखी है। मखा यार कि पेंशन वाला काम कर लिया फिर 80% पंजाब के मुंडे ने बड़िया बड़िया मुछा। एक आ रवाज चलिया दादे दादे कोई ना बीबिया वागू मूह ना लकोस कर थले छड़ दे आ देखो जी मैं प्रबंधकों को बेनती करना है मुंडे भी सन्मानित करना इन्हें दो मुंदर पाइया वा कंच एक छोटी एक छोटी एक वड्डी बाली पाई। बेबे मैं तो पूछा मखा वीरे तेनू दो पाण दी की लोड़ पै गई सी पहले तो पानी ही नहीं चाहीदियां। कहिंदा भाजी ये थोड़ी भरजाई दियां घरे बेलियां पईयां सी सोना कहिंदा महंगा किते न्याणे अगे पिछे ना कर दन मैं चक के कन्ना च पा लईयां। मखा वे चल ये तेनू माफ है हुण अग्गों एक बेनती है। कहिंदा की मखा वे हाथ जोड़ के बेनती है हुण भाभी वाला कोका पा के ना जी प्रोग्राम एक बार धर्म कोई माड़ा नहीं जिहड़ा हिंदू धर्म च वीरा प्रपक रहे अपने धर्म च मुसलमान है उस च प्रपक रहे। एक बार ये वीरे लई ताड़ियां मार दिओ आ वीरे लई खुल के ताड़ियां। ये मुंडा जेल लांदा सी ये मुंडा सरदारां दा जेल लांदा सी बिल्कुल जदों इन्हें भी कन्नां च नातियां पाईआं सी मैं इहनूं फोर्स नहीं कीता पर पता नहीं एक दिन इहदे की जहन च आया कि बिल्कुल सरदार सज गया चार पांच महीने च। परसों मैनूं कहिंदा भाजी मैं अमृत भी छकिआ एक बार प्लीज खुल के ताड़ियां सोच ले क्योंकि साडा नाम बजदा नवां शहर शहीद भगत सिंह तेई कहना बड़ा सौखा है मरना बहुत औखा है। अरबां खरबां पति नित जमदे नित मरदे पैसा बहुत है दुनिया कोले तां कुछ क हिस्सा साडा गरीब है पर ना उन्हां दा ही रहा है जिहड़े दूजियां लई। हो सकता इस पिंड च वी टुट्ठां वाले बहुत होण पैसे वाले बहुत होण पर किसी नूं 10 रुपए की लोड़ होवे ते उदों पता लगदा गरीब नाल खड़दा कोई कि नहीं खड़दा। एक बंदे कोल लख रुपया है ये बंदे नूं 10 रुपए की जरूरत है उहदे कोल 100 है दसां वाले दा सार तां 100 वाले ने उहदे लई करोड़ां पति वड्डा होया कि 100 वाला वड्डा होया। समारक मेहर करे दया करे हमदर्दी ना मुके आपसी प्यार इतफाक ना मुके ये आजादी बेशक इन कहना मुंडा कथा वाली कर लग गया पर सच ये जज्बात कई बार नहीं और गल्ला भी उत्थे होनी ब्याह च तो कोई सुनते नहीं भाजी नचे मुंडे की मासी नचे मुंडे की मामी नचे मुंडे का मामा पर आही एक थां हुंदी। हो सकता कई बार किसी गल चंगी भी लगती किसी नहीं भी चंगी लगती जे किसी बुरी लगे तो दोने हाथ जोड़ के पहले ही मुआफ़ी है क्योंकि शहीद भगत सिंह बहुत लोग शहीद भगत सिंह बारे भी गलत बोलते कहते कामरेड सी फलाना सी ढींगा सी मखा ठीक है उन्हें जान वारी तुसी उंगली वढ़ा के दस दिओ जिदन लोड़ पई उन्हें तो फांसी का रस्ता चुमया ना वो तो भज्जिया भी नहीं सी उत्थों बंब सुट के। सो मरना बड़ा औखा। असी कल गुरु गोबिंद सिंह साहिब महाराज का प्रकाश पुरब से उन्होंने सरबंस ही ला दिता अंकल जी फिर आ गए बहुत सारा आदर सत्कार जय अंकल जी मेहरबानी वह तीजा सच कर दो अंकल जी 20 मिनट हो रहा है ठीक है। सो ये बेनती है भरावान ये जे असी कन्ना च बालियाँ नवा शहर के शहीद भगत सिंह दे नगर के ये फोटो नाल कुछ नहीं बनना ये शहीद भगत सिंह नाल कोझा मजाक है वीरियो जे उहदियां सिधांतां ते नहीं चल सके कुछ ना कुछ दिख तो सही रखिए। सो बहुत ही सत्कारयोग साढ़े ढाडी साहब जसदीप सिंह जी उचेचे तौर पर तशरीफ लिया ने बहुत सारा अदब सत्कार। शकलां बनाईयां कईयां डब ते खड़बीयां कुकड़ां दे कलगियां होण जिवें लगीयां ओए सांभ लो पंजाबीओ अणख सरदारी नूं आ बांदरां दे हत्थां विच तीलां दीआं टवीआं ला देनी अग ला देनी अग इना ओए विरसे अमीर नूं मोड़ी ते मोड़ी पापा मोड़ी ते मोड़ी पापा मोड़ी ते मोड़ी Thank you.
ਪਾਲਤਾ ਪਤੰਦਰ ਹੋਕਾ ਦੇਵੇ ਸਜਦਾ ਪਾਲਤਾ ਪਤੰਦਰ ਹੋਕਾ ਦੇਵੇ ਸਜਦਾ ਜਵਾਨੀ ਦੀਆਂ ਜੜਾਂ ਵਿੱਚ ਨਸ਼ਾ ਜਾ ਮੇਰਾ ਕਿਹਦਾ ਪਾਲਤਾ ਪਤੰਦਰ ਹੋਕਾ ਦੇਵੇ ਸਜਦਾ ਆ ਜਵਾਨੀ ਦੀਆਂ ਜੜਾਂ ਵਿੱਚ ਨਸ਼ਾ ਜਾ ਮੇਰਾ ਕਿਹਦਾ ਦੂਮੇਵਾਲ ਪੰਮੇ ਕੰਜੇ ਹਾਰੇ ਨਹੀਂ ਕਬੱਲਾ ਪੋਤਿਆਂ ਨੂੰ ਅੱਜ ਕੱਲ ਦੇਸੀ ਘਿਓ ਨਹੀਂ ਪਚਦਾ ਲੱਸੀਆਂ ਨੂੰ ਭੁੱਲ ਲੱਸੀਆਂ ਨੂੰ ਭੁੱਲ ਪੀਂਦੇ ਹੋਏ ਜੁਗਨੀ ਤੇ ਹੀਰ ਨੂੰ ਮੋੜੀ ਬੇਮੋੜੀ ਬਾਬਾ ਮੋੜੀ ਬੇਮੋੜੀ ਬਾਬਾ ਮੋੜੀ ਬੇਮੋੜੀ ਓ ਸਭ ਲੱਗਦੀ ਆਵਾਜ਼ ਉੱਤੇ ਕਿ ਨਹੀਂ ਹਾਂ ਕਈ ਕਲਾਕਾਰ ਮੇਰੇ ਵਰਗੇ ਹਿੱਕ ਥਾਪੜਦੇ ਰਹਿੰਦੇ ਕਹਿੰਦੇ ਅਸੀਂ ਬਹੁਤ ਉੱਚਾ ਗੱਲ ਨੇ ਇੱਥੇ ਕੋਈ ਗਾ ਨਹੀਂ ਸਕਦਾ ਪਰ ਸੱਚ ਇਹ ਹੈ ਹਰ ਇੱਕ ਦਾ ਗਾਉਣ ਦਾ ਆਪਦਾ ਸਟਾਈਲ ਹੈ ਨਜ਼ਰੀਆ ਕਿਸੇ ਨੂੰ ਤੁਹਾਨੂੰ ਕੋਈ ਕਿਸੇ ਤਰੀਕੇ ਨਾਲ ਦੇਖਦਾ ਕੋਈ ਕਿਸੇ ਤਰੀਕੇ ਨਾਲ ਦੇਖਦਾ ਕਈ ਮੱਠਾ ਮੱਠਾ ਗਾ ਰਹੇ ਉਹਨਾਂ ਦੀ ਬੱਲੇ ਬੱਲੇ ਹੈ ਸੋ ਆਪਣੇ ਨਜ਼ਰੀਏ ਨਾਲ ਗਾਉਣਾ ਚਾਹੀਦਾ ਇਹ ਕੋਈ ਹਿੱਕ ਦੇ ਜ਼ੋਰ ਵਾਲੀ ਕੋਈ ਗੱਲ ਨਹੀਂ ਸਟਾਈਲ ਹੈ ਆਪਣਾ ਆਪਣਾ ਲੋਕ ਤੁਹਾਨੂੰ ਕਿੱਦਾਂ ਪ੍ਰਵਾਨ ਕਰਦੇ ਨੇ ਦਿਹਾੜੀ ਕਦੇ ਜੱਚਦੀ ਨਾ ਵਕ ਤੋਂ ਬਿਨਾ ਤੇ ਪੈਂਦਾ ਨੀ ਕਲੇਸ਼ ਲਾਈ ਲੱਗ ਤੋਂ ਬਿਨਾ ਰਾਖ ਕਦੇ ਬਣਦੀ ਨਾ ਅੱਗ ਤੋਂ ਬਿਨਾ ਰਾਖ ਕਦੇ ਬਣਦੀ ਨਾ ਅੱਗ ਤੋਂ ਬਿਨਾ ਤੇ ਮਿਰਗੀ ਆਹ ਮੁੰਡਾ ਰੋਈ ਜਾਂਦਾ ਵੀਰੇ ਇਹਦਾ ਮਾੜਾ ਜਿਹਾ ਚੱਕ ਸਾਊਂਡ ਉੱਤੇ ਹਾਂ ਸ਼ਾਬਾਸ਼ ਪਕੌੜੇ ਖਾ ਕੇ ਜਾਣੇ ਆਪਾਂ ਫਿਕਰ ਨਾ ਕਰੋ ਦੱਬ ਕੇ ਗਾਓ ਇੱਕ ਵਾਰ ਹਲੇ ਹਲੇ ਨਹੀਂ ਹੈਲੋ ਹੈਲੋ ਆਪਾਂ ਅਮਰੀਕਾ ਚ ਆਏ ਹਾਂ ਬੋਲ ਹੈਲੋ ਹੈਲੋ ਅਰੇ ਫਿਰ ਹੈਲੋ ਨਹੀਂ ਹੈਲੋ ਹੈਲੋ ਪੂਰੀ ਫੀਲਿੰਗ ਲੈਂਦੇ ਸਾਡੇ ਮੁੰਡੇ ਠੀਕ ਹੈ ਹਲੇ ਤੇ ਮਿਰਗੀ ਯਾਨੀ ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾਂ ਭਗਤੀ ਧਿਆਨ ਤੋਂ ਬਿਨਾਂ ਬੇਬੇ ਮੱਝਾਂ ਨੂੰ ਘਾਹ ਤਾਂ ਨਹੀਂ ਪਾਉਣਾ ਉੱਧਰ ਧਿਆਨ ਉੱਧਰ ਤਾਂ ਨਹੀਂ ਗਿਆ ਵਾ ਫਿਰ ਠੀਕ ਕਈ ਵਾਰ ਇੱਦਾਂ ਹੁੰਦਾ ਨਾ ਇਹ ਮਾਤਾਵਾਂ ਗੁਰਦੁਆਰੇ ਗਈਆਂ ਹੋਣਗੀਆਂ ਉਹ ਕਹਿਣਗੀਆਂ ਭੈਣੇ ਇਹ ਤਾਂ ਕਥਾ ਕਰਨ ਵਾਲਾ ਬਾਬਾ ਹਟਦੇ ਨਹੀਂ ਆਪਾਂ ਤਾਂ ਜਾ ਕੇ ਪੱਠੇ ਵੀ ਪਾਉਣੇ ਚੋਣੀਆਂ ਵੀ ਇਹਨਾਂ ਤਾਂ ਬਾਬੇ ਨੂੰ ਕੰਮੇ ਇਹ ਹੈ ਗੁਰਦੁਆਰੇ ਵੀ ਪੁੱਜ ਗਏ ਪਰ ਧਿਆਨ ਅਜੇ ਮੱਝਾਂ 'ਚ ਘੁੰਮ ਰਿਹਾ ਸੋ ਧਿਆਨ ਦਾ ਭਗਤੀ ਨਾਲ ਸਿੱਧਾ ਸਾਰੋਕਾਰ ਸੰਬੰਧ ਹੈ ਹੁੰਦੀ ਨਹੀਂ ਉਹ ਭਗਤੀ ਧਿਆਨ ਤੋਂ ਬਿਨਾਂ ਤੇ ਚੁੱਕ ਨਹੀਂ ਉਹ ਹੁੰਦਾ ਭਾਰ ਜਾਣ ਤੋਂ ਬਿਨਾਂ ਹੀਰਾ ਕਦੇ ਨਿਕਲੇ ਨਾ ਹਾਰ ਤੋਂ ਬਿਨਾਂ ਤੇ ਜੋੜੀ ਬੁਰੀ ਲੱਗਦੀ ਹੈ ਹਾਰ ਤੋਂ ਬਿਨਾਂ ਸਾਹਿਬ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਖੁੱਲ੍ਹ ਕੇ ਤਾੜੀਆਂ ਨਰੇਸ਼ ਧੌਲ ਦੀ ਜੇ ਲਈ
ਇਹ ਨਿਰਧੜਕ ਪੱਤਰਕਾਰ ਨੇ ਔਰ ਇਹਨਾਂ ਨੂੰ ਇਹ ਨਹੀਂ ਹੈ ਵੀ ਫੋਨ ਕਰ ਕਰਕੇ ਅਗਲੇ ਦੀ ਜਾਨ ਲੈ ਲੈਂਦੇ ਵੀ ਐਡ ਲੈਣੀ ਆਪਾਂ ਇੱਕ ਵਾਰ ਪਲੀਜ਼ ਖੁੱਲ੍ਹ ਕੇ ਤਾੜੀਆਂ ਨਰੇਸ਼ ਧੌਲ ਜੀ ਦੇ ਲਈ ਸਾਧ ਬੁਰਾ ਕਹਿੰਦੇ ਨੇ ਲੰਗੋਟ ਤੋਂ ਬਿਨਾਂ ਬਾਪੂ ਜੀ ਭਾਵੇਂ ਕੋਈ ਹਿੰਦੂ ਧਰਮ 'ਚੋਂ ਹੈ ਸਿੱਖ ਹੈ ਈਸਾਈ ਹੈ ਮੁਸਲਮਾਨ ਹੈ ਸੱਚ ਇਹ ਹੈ ਜਿਹੜੇ ਲੋਕ ਚਰਿੱਤਰ ਦੇ ਉੱਚੇ ਸੁੱਚੇ ਨੇ ਪ੍ਰਵਾਨ ਨੇ ਜਿਹੜਾ ਇੱਥੋਂ ਤਿਲਕ ਗਿਆ ਅਤੇ ਜਿੱਡੇ ਮਰਜ਼ੀ ਕਿਸੇ ਧਰਮ ਦੇ ਪਹਿਰਾਵੇ ਕਰ ਲਿਓ ਕੁਝ ਮਰਜ਼ੀ ਕਰ ਲਿਓ ਉਹ ਬੜਾ ਬੇਅੰਤ ਹੈ ਲੋਕਾਂ ਲਈ ਚਤਰਾਈਆਂ ਸਾਡੀਆਂ ਬਹੁਤ ਨੇ ਹੁਸ਼ਿਆਰੀਆਂ ਬਹੁਤ ਨੇ ਪਰ ਪਾਪ ਨੂੰ ਇੱਕ ਨਾ ਇੱਕ ਦਿਨ ਸਰਾਖ ਜ਼ਰੂਰ ਹੁੰਦਾ ਧਰਮਾਂ ਨੂੰ ਨਾ ਭੰਡਿਆ ਕਰੋ ਬਸ ਆਪਣੇ ਅਕੀਦਤੇ ਦੇ ਅੰਦਰੇ ਨਜ਼ਰ ਮਾਰ ਕੇ ਦੇਖੀ ਜਾਈਏ ਆਹ ਮੈਂ ਵੀ ਗੱਲਾਂ ਬਹੁਤ ਸੋਹਣੀਆਂ ਕਰਦਾ ਪਰ ਪਤਾ ਨਹੀਂ ਮੇਰੇ 'ਚ ਕਿੰਨੇ ਅਵਗੁਣ ਹੋਣਗੇ ਇਹ ਮੈਨੂੰ ਪਤਾ ਹੈ ਕੋਸ਼ਿਸ਼ ਕਰੀਏ ਜਿੱਦਣ ਆਪਣਾ ਆਪ ਸੁਧਾਰ ਲਿਆ ਉਦੋਂ ਦੁਨੀਆਂ ਨੇ ਵੀ ਸੁਧਰ ਜਾਣਾ ਸਾਧ ਬੁਰਾ ਕਹਿੰਦੇ ਨੇ ਕੋਟ ਤੋਂ ਬਿਨਾ ਤੇ ਜੱਜ ਦੀ ਨਾ ਟਾਈ ਕਦੇ ਕੋਟ ਤੋਂ ਬਿਨਾ ਬਣੇ ਨਾ ਸਿਪਾਹੀ ਰੂਟ ਤੋਂ ਬਿਨਾ ਇੱਕ ਵਾਰ ਪੰਜਾਬ ਪੁਲਿਸ ਦੇ ਨਾਂ ਤੇ ਖੁੱਲ ਕੇ ਤਾੜੀਆਂ ਅੰਕਲ ਜੀ ਰੰਗਰੂਟ ਹੁੰਦਾ ਜੀ ਮੈਨੂੰ ਤਾਂ ਇਹ ਪਤਾ ਨਹੀਂ ਲਿਖਣ ਵਾਲੇ ਨੇ ਲਿਖਿਆ ਰੰਗਰੂਟ ਤੇ ਜਾਣਾ ਪੈਂਦਾ ਜਦੋਂ ਭਰਤੀ ਤੋਂ ਬਾਅਦ ਹਾਂ ਬਣੇ ਨਾ ਸਿਪਾਹੀ ਰੰਗਰੂਟ ਤੋਂ ਬਿਨਾ ਤੇ ਲੀਡਰੀ ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾ ਕਦੇ ਬੁੱਝਦੀ ਨਾ ਪਾਣੀ ਤੋਂ ਬਿਨਾ ਮਾਤਾ ਜੀ ਤੁਹਾਡਾ ਇਹੀ ਪਿੰਡ ਹੈ ਬੇਬੇ ਦਾ ਪਿੰਡ ਇਹੀ ਹੈ ਚਲੋ ਦੂਰ ਨਹੀਂ ਬੇਬੇ ਗੱਲਾਂ ਵਾਲੀਆਂ ਨਹੀਂ ਬੇਬੇ ਬਾਅਦ ਚੋਂ ਹੁਣ ਢਾਂਗੂ ਚੱਕ ਕੇ ਨਾ ਜਾਵੇ ਬੇਬੇ ਤੁਹਾਡੇ ਪਿੰਡ ਵਾਟਰ ਸਪਲਾਈ ਇੱਕ ਮਿੰਟ ਵੀਰੇ ਬੰਦ ਵਾਟਰ ਸਪਲਾਈ ਹੈਗੀ ਹੈ ਕਿੰਨੇ ਘੰਟੇ ਪਾਣੀ ਆਉਂਦਾ ਬੇਬੇ ਹੈਂਜੀ ਦੋ ਘੰਟੇ ਕਿੰਨੀ ਫੀਸ ਕਿੰਨੀ ਲੱਗਦੀ ਚੜੇ ਮਹੀਨੇ ਕਿੰਨੇ ਲੈਂਦੇ ਹੈਂਜੀ ਇੱਕ ਕਿ ਦੋ ਬੇਬੇ 200 ਚਲੋ ਠੀਕ ਹੈ ਇੱਥੇ ਵੀ ਪਿੰਡ ਹੋਣੀ ਵਾਟਰ ਸਪਲਾਈ ਚੱਲਦੀ ਧੌਲਸਾ ਸਾਡੇ ਪਿੰਡ ਨਵੀਂ ਨਵੀਂ ਵਾਟਰ ਸਪਲਾਈ ਚੱਲੀ ਅਤੇ ਸਾਡੇ ਸਾਹਮਣੇ ਜਿਹੜੇ ਗੁਆਂਢੀ ਹੈ ਅਤੇ ਬਾਲਟਾ ਭਰ ਕੇ ਪਾਣੀ ਬਾਹਰ ਜਾਵੇ ਬੇਬੇ ਮੈਂ ਇਹਨੂੰ ਬੇਬੇ ਨੂੰ ਕਿਹਾ ਮੈਂ ਗੁੱਸੇ 'ਚ ਕਿਹਾ ਮੈਂ ਕਿਹਾ ਬੇਬੇ ਜਾ ਬੰਦ ਕਰ ਦੇ ਟੂਟੀ ਮੈਨੂੰ ਕਹਿੰਦੀ ਉਰਿਆ ਕਹਿੰਦੇ ਤੈਨੂੰ ਪਤਾ ਚੜੇ ਮਹੀਨੇ ਕਿੰਨਾ ਪੈਸਾ ਲੱਗਿਆ ਮੈਂ ਕਿਹਾ ਮੈਨੂੰ ਨਹੀਂ ਪਤਾ ਕਹਿੰਦੀ 200 ਰੁਪਇਆ ਦੇਣਾ ਸੀ ਚੜੇ ਮਹੀਨੇ ਸਾਡਾ ਪਾਣੀ ਬਾਹਰ ਜਾਵੇ ਅਸੀਂ ਸਿੱਟੀਏ ਗੋਰੀ 'ਚ ਤੇਰਾ ਢਿੱਡ ਦੁਖਦਾ ਚੱਲੀ ਜਾਣ ਦੇ ਇਸ ਇਹ ਬੀਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੀ ਇਹ ਜ਼ਰੂਰ ਇਸ ਗੱਲ 'ਤੇ ਗੌਰ ਕਰਿਓ ਪਾਣੀ ਦੀ ਬੂੰਦ ਬੂੰਦ ਬਚਾਈਏ ਆ ਰੋਟੀ 3 ਟਾਈਮ ਖਾਂਦੇ ਬੇਬੇ 2 ਟਾਈਮ ਵੀ ਹੋ ਜੂ ਚੱਲ ਜੂ ਪਰ ਜਿੱਦਣ ਸਾਡੇ ਕੋਲੋਂ ਪਾਣੀ ਦੂਰ ਹੋ ਗਿਆ ਨਾ ਫਿਰ ਆਪਾਂ ਤੜਫ ਤੜਫ ਕੇ ਜਿੰਦ ਨਿਕਲੂ ਇਹ ਬੇਨਤੀ ਹੈ ਮਾਤਾਵਾਂ ਨੂੰ ਹੱਥ ਜੋੜ ਕੇ ਇੱਧਰ ਆਪਣੇ ਕਿਸਾਨ ਭਾਈ ਬੈਠੇ ਆ ਇਹ ਨਹੀਂ ਭੇਜੇ ਹੁਣ ਸਰਕਾਰ ਬਿੱਲ ਨਹੀਂ ਲੈਂਦੀ ਤਾਂ ਜਦੋਂ ਤੱਕ ਗੁਆਂਢੀਆਂ ਦੇ ਵੀ 2 ਕਿੱਲੇ ਭਰਨਾ ਆਪਾਂ ਸਵਿੱਚ ਆਫ ਕਰ ਦੇਣੇ ਇਹ ਬੇਨਤੀ ਆ ਹੱਥ ਜੋੜ ਕੇ ਇੱਕ ਵਾਰ ਖੋਲ੍ਹ ਕੇ ਤਾੜੀ ਖਵਾਜਾ ਸਾਹਿਬ ਦੇ ਨਾਂ 'ਤੇ ਮਾਰ ਦਿਓ ਪਾਣੀ ਦੀ ਬੂੰਦ ਬੂੰਦ ਕਿਉਂਕਿ ਪਿਆਸ ਕਦੇ ਬੁੱਝਦੀ ਨਾ ਪਾਣੀ ਤੋਂ ਬਿਨਾ ਪਿਆਸ ਕਦੇ ਬੁੱਝਦੀ ਨਾ ਪਾਣੀ ਤੋਂ ਬਿਨਾ ਤੇ ਘਰ ਕਦੇ ਭੱਜੇ ਨਾ ਘਰਾਣੀ ਤੋਂ ਬਿਨਾ ਘੋੜਾ ਕਦੇ ਭੱਜੇ ਨਾ ਪੁਰਾਣੀ ਤੋਂ ਬਿਨਾ ਤੇ ਮੱਖਣੀ ਮੱਖਣੀ ਨਾ ਬਣਦੀ ਮਧਾਣੀ ਤੋਂ ਬਿਨਾ ਮੇਰਾ
ਅਧੂਰੀ ਕੁੱਖ ਹਰੀ ਤੋਂ ਬਿਨਾ। ਧੀਆਂ ਪੁੱਤਰਾਂ ਦੀ ਸਭ ਨੂੰ ਜ਼ਰੂਰਤ ਹੈ, ਮਾਲਕਾ ਮਿਹਰ ਕਰੀ ਕੋਈ ਘਰ ਇੱਦਾਂ ਦਾ ਨਾ ਰਵੇ ਜਿੱਥੇ ਧੀ ਪੁੱਤ ਨਾ ਚਹਿਕਦੇ ਹੋਣ। ਔਰਤ ਅਧੂਰੀ ਕੁੱਖ ਹਰੀ ਤੋਂ ਬਿਨਾ, ਹੁੰਦਾ ਨੀ ਵਪਾਰ ਗੱਲ ਹਰੀ ਤੋਂ ਬਿਨਾ, ਜੁੱਤੀ ਸੋਹਣੀ ਲੱਗਦੀ ਨਾ ਚਰੀ ਤੋਂ ਬਿਨਾ, ਤੇ ਵੋਟੀ ਬੇਬੇ ਵੋਟੀ ਖੁਸ਼ ਹੁੰਦੀ ਨਹੀਂ ਉਹ ਬਰੀ ਤੋਂ ਬਿਨਾ। ਚੋਰੀ ਤੇ ਚੋਰੀ ਚੋਰ ਕਰਦਾ ਨੀ ਮੌਕੇ ਤੋਂ ਬਿਨਾਂ, ਸੁੱਖ ਕਦੇ ਮਿਲਦਾ ਨੀ ਰਜਾ ਤੋਂ ਬਿਨਾਂ। ਸਿਆਣੇ ਕਹਿੰਦੇ ਗਰੀਬ ਦੀ ਹਾਂ ਨਹੀਂ ਲੈਣੀ ਚਾਹੀਦੀ। ਹੁਣ ਮੋਹਰੇ ਲੋਕਾਂ ਨੇ ਕਣਕਾਂ ਵਢਾਣੀਆਂ, ਜ਼ਿਮੀਦਾਰ ਕਈ ਵਾਰ 7 ਕਿੱਲੇ ਵਢਾ ਕੇ ਭਈਆਂ ਨੂੰ 5 ਕਿੱਲੇ ਦੱਸੀ ਜਾਣਗੇ। ਜੇ ਉਹ ਕਹੇ ਸਰਦਾਰ ਜੀ ਇੱਦਾਂ ਨਾ ਕਰੋ, ਉਹ ਕਹਿਣਗੇ ਫਿਰ ਤੈਨੂੰ ਪਿੰਡ 'ਚ ਜਿਹਨਾਂ ਨੇ ਚੱਕਿਆ ਨਾ ਤੂੰ ਉਹਨਾਂ ਨੂੰ ਜ਼ਰੀਬ ਨਾਲ ਲੈ ਕੇ ਆ, ਚੱਲ ਮਿਹਨਤੀ ਕਰ। ਕਿਸੇ ਗਰੀਬ ਦਾ 500-700 ਰੱਖ ਕੇ, 5-7 ਹਜ਼ਾਰ ਰੱਖ ਕੇ ਗੁਰਦੁਆਰੇ ਮੰਦਰ ਮਸਜਿਦ ਬੀਬੀ ਵੱਲੋਂ ਪੋਤੀ ਪੋਤਿਆਂ ਦੇ ਨਾਂ ਜੈ ਹੋ ਬੀਬੀ ਉਹ ਬੰਨੇ ਪੁੱਤਰੋ। ਕਿਸੇ ਗਰੀਬ ਦਾ 500-700 ਰੱਖ ਕੇ ਗੁਰਦੁਆਰੇ ਮੰਦਰ ਮਸਜਿਦ ਭਾਵੇਂ 1 ਲੱਖ ਰੁਪਈਆ ਦੇ ਦਿਓ, ਤੁਹਾਡਾ ਪ੍ਰਵਾਨ ਨਹੀਂ ਹੋਣਾ, ਐਵੇਂ ਲਿਖਤੀ ਦੇਣ ਨੂੰ ਤਿਆਰ ਹੈ। ਕਿਉਂ ਨਹੀਂ ਹੋਣਾ? ਕਿਉਂਕਿ ਜਿਹਨੇ ਪਸੀਨਾ ਡੋਲ ਕੇ ਕਮਾਈ ਤੁਹਾਡੇ ਕੀਤੀ ਉਹਦਾ ਤਾਂ 500 ਵੀ ਕਈ ਵਾਰ 50 'ਤੇ ਅੜ ਜਾਂਦੇ ਭਈਏ, ਤੇ 400 ਲਵਾ ਕੇ ਤੇ 350 ਦੇਣਗੇ। ਮੈਂ ਦੇਖੇ ਕਈ ਖੁਦ ਕਹਿੰਦੇ ਬਾਹਲਾ ਜ਼ੋਰ ਲੱਗਿਆ ਤੇਰਾ, ਕੀ ਗੱਲ ਹੈ। ਇੱਕ ਦਿਨ ਅਸੀਂ ਚੰਡੀਗੜ੍ਹ ਨੂੰ ਜਾਈਏ, ਅਕੁਰਾਲੀ ਵੱਲ ਤੋਂ ਜਿਹੜਾ ਰੋਡ ਗਿਆ ਸਿਸਮਾ, ਅਤੇ ਉਹ ਵਿਚਾਰਾ ਛੱਲੀਆਂ ਭੁੰਨੇ ਅਤੇ ਮੁੰਡੇ ਫੋਰਚੂਨਰ ਗੱਡੀ 'ਚੋਂ ਉਤਰੇ 5 ਜਣੇ, ਅਤੇ ਉਹਨੂੰ ਉਹ ਕਹਿੰਦੇ ਕਿੱਦਾਂ ਛੱਲੀ? ਕਹਿੰਦਾ ਜੀ 10 ਰੁਪਏ ਦੀ। ਕਹਿੰਦਾ 5 ਲਵਾਂਗੇ ਪਰ ਰੁਪਈਏ ਤੈਨੂੰ 40 ਦੇਣੇ। ਗੱਡੀ ਥੱਲੇ 32 ਲੱਖ ਦੀ ਪਰ ਉੱਥੇ ਉਹਦੇ 10 ਰੁਪਏ ਵੀ ਦੁੱਖ ਰਹੇ। ਇਹ ਗੱਲ ਸੋਚਦੀ ਹੈ, ਇਹ ਕੋਈ ਇਹ ਨਹੀਂ ਜਿਹਦੇ ਕੋਲ ਬੈਂਕ ਬੈਲੈਂਸ ਉਹੀ ਵੱਡਾ ਹੈ। ਕਈਆਂ ਦੇ ਦਿਲ ਦਰਿਆ ਦੇ। ਇੱਕ ਕੋਈ ਦੁਕਾਨ 'ਤੇ ਕਹਿੰਦੇ ਬੀਬੀ ਗਈ, ਬੇਬੇ ਗੱਲ ਸੁਣਨ ਵਾਲੀ ਹੈ, ਬਾਪੂ ਜੀ ਵੱਲੋਂ ਬਹੁਤ ਸਰਾਧ ਆਸ਼ੀਰਵਾਦ, ਬਾਪੂ ਜੀ ਤੁਹਾਡੀ ਚੜ੍ਹਦੀ ਕਲਾ ਇਸੇ ਤਰ੍ਹਾਂ ਬਣੀ ਰਹੇ। ਇੱਕ ਵਾਰ ਬਜ਼ੁਰਗਾਂ ਦੇ ਨਾਂ 'ਤੇ ਤਾੜੀ ਮਾਰ ਦਿਓ ਖੁੱਲ੍ਹ ਕੇ। ਦੁਕਾਨ 'ਤੇ ਕੋਈ ਬੀਬੀ ਗਈ, ਕਹਿੰਦੀ ਵੀਰਾ 100 ਰੁਪਏ ਦਾ ਸੂਟ ਦੱਸ।
दुकान वाला कहता भैन जी तुसी तां कदे 5000 तों घट सूट लिया नहीं, तुसी 100 रुपए वाला सूट। बापू जी वालों बहुत सारा आदर सत्कार, जय हो थोड़ी चढ़दी कला की कामना। कहिंदी वीरा मेरे मुंडे का ब्याह है, जेडे घरे नहीं झाड़ू लाण नूं रखी उहदा मूँह फूकना, उन्हूं देना है 100 रुपए वाला, जे नहीं दिता रौला पाओगी, कुछ भी नहीं दिता नाल डब्बा। तो कहिंदे 2 घंटे बाद बेबे उसे दुकान ते वह झाड़ू मारन वाली आ रही, तो वह कहिंदी वीरा 5000 का सूट दिखा। तो उन्हें कहा कहिंदा भैन जी 500 वाला कि 5000 वाला? कहिंदी वीरा 5000 वाला ही दिखाई, मेरी मालकण दे मुंडे दा ब्याह है, एको ही मुंडा है, मेरी भावा 3 महीने की तनखाह लग जाए पर मेरी मालकण सारी उम्र याद रखे पे किसने सूट दिता सी। एक अमीरी इथों है, दिल तो है, बैंकां बथेरी दुनिया भरी फिरदी है, बथेरी दुनिया तुरी फिरदी है। सो कदे भी गरीब का हक ना रखियो, क्योंकि ठूली वाले आ गरीब दुखी हां मारदा, अनजान कोलो पुछया ए राह मारदा, काले जो आनंद गुरु घर आउंदा ए, काले जो आनंद गुरु घर आउंदा ए, आ डूमेवाल गल्लां सच्चियां सुणाउंदा ए। सचियां केड़ियां केड़ियां गुहोण साहब? पुत नू ढिल कणक नू सिल फर्श ते खिल वई लोको माड़ी हुंदी है, ओए लोको माड़ी हुंदी है, ओए लोको माड़ी हुंदी है। पुत नू ढिल तियां पुत्र रंबे सदा ही चंडे चंगे ने, तियां पुत्र रंबे सदा ही चंडे चंगे ने, जे रखना ईंधन नवा ते भुरी गरारी नहीं पुगदी, फुकरे बंदे नाल कदे भी सांझा पुगदियां ना, बेगैरत बेअणखियां नूं सरदारी नहीं पुगदी। पुत नूं ढिल कणक नूं सिल फर्श ते गिल वई लोको माड़ी हुंदी है, ओए लोको माड़ी हुंदी है, ओए लोको माड़ी हुंदी है। पेपर चों फेल भैणां वल्लों बहुत सारा अदब है जी। अच्छा जी, भैन जी कहती मेरे मुंडे का नाम तोता, वह नाम भी बोल दो, बहुत सारा सत्कार मेहरबानी। सो रम्मी भाजी उन्होंने सारे मजिशियन साथी आ गए, निकी जो आया लास्ट, आ जा आ जा भीरे, आ जा आ जा आ जा। पुत नू ढिल कणक नू सिल फर्श ते गिल वई लोको माड़ी हुंदी है, ओए लोको माड़ी हुंदी है, ओए लोको माड़ी हुंदी है। कहने 10-15 मिनट ला लो कटाना नहीं। अच्छा बाबा जी नाल ठीक है। पेपर चो फेल बिगड़ जाए खेल जा हो जाए जेल, ता किस्मत हारी हुंदी है, ओए किस्मत हारी हुंदी है, ओए किस्मत हारी हुंदी है। हर गया केस उधम सिंह, हर गया केस बदल गए पेस, कोई लावे लेस ते हुंदा खेत नसीबां दा, मुक गया आटा हा घर नू काटा हा ते डुबदा बैंक वाला खाता। एक बार बच्चों के नाते खुल के ताड़ी मार दो, मैनू बड़ा नज़ारा जहाँ आता, भावें कोई 2 रुपए का बच्चे फड़ाण, ये अरबा तो घट नहीं है। जय हो मालक तंदुरुस्ती बख्शे। डुबदा बैंक वाला खाता, जय हो। बैंक तो ना गल याद आई, जिन्होंने अकाउंट नहीं खिलाए बापू जी खिलाया, अकाउंट खिला लियो, सेंटर स्कीम अधीन 15-15 लाख रुपया हर एक दे अकाउंट च आने वाला 1-2 दिन, सोशल मीडिया से पता लग जाना, ATM चक के मित्रों भज लियो बैंक वाल नूं छड्डणे नहीं आ। डुबदा बैंक वाला खाता, रोज दा काम गरीबां दा, रोज दा काम गरीबां दा, रोज दा काम गरीबां दा। पिंड विच वैर ना चलिया फैर,
निकलिया जहर थां ते मरवाही दिंदे ने नूं दा झगड़ा हा पुत नूं रगड़ा हा मामला तगड़ा पंडी करवाही दिंदे ने पाप दी पग बापू दी पग हवा विच अग चोर ते ठगदा पैंदा रखना ख्याल बड़ा माड़े नूं तके अमल दे फके जो गल नूं चके हुंदा आखर हाल बुरा पुलिस दी कोट अंकल जी डांग चलती है अजे भी कि मोटर आ गई पता लग्या कहिंदे हुण बंदा थले जे नूं करके ते बटने दबना पैंदा पुलिस दी कोट कोई माड़ा दुख पुलिस दी कोट कोई माड़ा दुख नीयत दी भुख कदे ना निकले हड्डां चों किसे दा लाना उन जिया ताना जा मर्द सियाना आउंदे सिर कटां चों देखो कैसी लैने बच्चों तो भी खोने पैंदे वीरा बहुत सरादर सत्कार मेहरबानी सो अखीरी शहीद ऊधम सिंह की वार सत श्रीकाल वीरा थैंक यू वेरी मच सो रम्मी भाजी उन्होंने सारे ग्रुप उन्होंने मजिशियन साथी सजिंदे निघी जो आया वीरिया सो आ वार तो बाद टाइम ताडा स्टार्ट है और साढ़े इलाके चाहे थोड़ा निकी जवाया चाह पानी पीना हो जरूर दसी मेरा भी पर साढ़े इधर गुड़ वाली हुई पढ़ाने जा दे सो शहीद ऊधम सिंह की बार आ जाओ शहीद ऊधम सिंह आ जाओ एक बार खुल के ताड़ियां शहीद ऊधम सिंह के नाम वीरा इन्ने बहे ना तो दस जा फिर हरमिंदर सिंह लखविंदर पिंड केड़ा जटपुर जट माजरी अच्छा ये ऊधम सिंह के नाते वे एक बार खोल के ताड़ियां कहना मैं 500 तां दिता शहीद ऊधम सिंह की वार तो पहले करंट पूरा आ जाए पैसे दे जय हो मेहरबानी शहीद ऊधम सिंह 13 अप्रैल 1919 का सूरज जे चढ़े सी चिट्टी चमड़ी दिल दे काले अंग्रेज सर माइकल अडवायर ने जलियांवाले बाग अंदर गोलियां चला लाशां दे ढेर लगा दिते ऐसे खूनी साके दा बदला लैण लई ऊधम सिंह ने इंग्लैंड जा कैकटस दे हाल विच वैरी नूं इउं बंगारिया लैक्चर अजे अडवायर ने सी कीता मैं तोड़िया लक पंजाब दा कर दिता मैं सिख पंथ दा चीरिया छाती दा अज ऊधम सिंह दा खा गया उन्हें कंध कच्चा रिवालवर दब दिता कर करके चीमिया we
ਮਾਰੀ ਮਾਰੀ ਜਦੋਂ ਅੱਜ ਅਸੀਂ ਉੱਠਿਆ ਸ਼ੇਰ ਬਾਬੇ 21 ਸਾਲ ਦਾ ਸੀ ਜਿਹੜਾ ਪਿੱਛੇ ਲੱਗਿਆ ਲੱਗਿਆ ਬਦਲਾ ਲੈਣੇ ਦਾ ਪੀੜਾ ਉਠਾ ਕੇ ਤੂੰ ਗੋਲੀਆਂ ਚਲਾ ਕੇ ਹੈ ਜਦੋਂ ਜਨਰਲ ਡਾਇਰ ਆਪਣਾ ਲੈਕਚਰ ਦੇਣ ਲੱਗਿਆ ਉਹਨੇ ਇੱਥੋਂ ਗੱਲ ਸ਼ੁਰੂ ਕੀਤੀ ਕਹਿੰਦਾ ਉਹ ਪੰਜਾਬੀ ਜਿਹੜੇ ਆਪਣੇ ਆਪ ਨੂੰ ਬੜੇ ਬਹਾਦਰ ਦੱਸਦੇ ਨੇ ਯੋਧੇ ਦੱਸਦੇ ਨੇ ਅਣਖੀਲੇ ਦੱਸਦੇ ਨੇ ਕਹਿੰਦਾ ਜਲਿਆਂ ਵਾਲੇ ਬਾਗ ਅੰਦਰ ਨਠਾ ਨਠਾ ਮਾਰੇ ਮੈਂ ਮਾਵਾਂ ਦੀਆਂ ਗੋਦੀਆਂ 'ਚੋਂ ਸਾਲ ਸਾਲ ਦੋ ਦੋ ਸਾਲ ਦੇ ਬੱਚੇ ਵੀ ਨਾ ਬਖਸ਼ੇ ਕਹਿੰਦੇ ਜਦੋਂ ਜਵਾਕਾਂ ਦੇ ਖੂਨ ਦੀ ਗੱਲ ਕੀਤੀ ਆ ਸ਼ਹੀਦ ਊਧਮ ਸਿੰਘ ਦੇ ਟੌਲੇ ਫੜ ਕੇ ਅੱਖਾਂ 'ਚ ਖੂਨ ਉਤਰਿਆ ਛਾਲ ਮਾਰ ਕੇ ਕੁਰਸੀ ਤੋਂ ਅਡਵੈਰ ਦੇ ਮੂਹਰੇ ਖੜ ਕੇ ਕੀ ਕਹਿੰਦਾ ਠਹਿਰ ਜਾ ਪੰਜਾਬ ਦੇ ਆ 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 ਸੁੱਕਾ ਜਾਈ ਨਾ ਤੂੰ ਗੋਲੀਆਂ ਆਈ ਗੋਲੀ ਤੇ ਸਵਾਦ ਤੂੰ ਵੀ ਆਈ ਗੋਲੀ ਤੇ ਸਵਾਦ ਤੂੰ ਵੀ ਤੇਰੇ ਛੱਡੀਆਂ ਟਰੈਵਲ ਕਾੜ 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 ਛਾਤੀ ਵਿੱਚ ਮਾਰੀਆਂ ਮੁੱਖੋਂ ਸਤਿ ਸ਼੍ਰੀ ਅਕਾਲ ਗਜਾ ਕੇ ਛੱਡੀਆਂ ਟਰੈਵਲ ਕਾਰ 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 ਛਾਤੀ ਵਿੱਚ ਕਾਰ ਕਾਰ ਛਾਤੀ ਵਿੱਚ ਮੁੱਖੋਂ ਸਤਿ ਸ਼੍ਰੀ ਅਕਾਲ ਬਦਲਾ ਗੋਲੀਆਂ ਦਾ ਗੋਲੀ ਨਾਲ ਲੈ ਲਿਆ ਉਹ ਗੋਲੀਆਂ ਦਾ ਗੋਲੀ ਨਾਲ ਲੈ ਲਿਆ ਹੋ ਅਸੀਂ ਸੁੱਟਿਆ ਧਰਤ ਪੱਟੇ ਤੇ ਮੁੱਖੋਂ ਆਖ ਦਾ ਸੁਰਖਰੂ ਹੋ ਗਿਆ ਹੋ ਆਖ ਦਾ ਸੁਰਖਰੂ ਹੋ ਗਿਆ ਓ ਸ਼ੌਕੀ ਸੂਰਮਾ ਉਤਾਰ ਸਿਰ ਜਗ ਰਹਿਣੀਆਂ ਮਰਦਾ ਤੇਰੀਆਂ ਜਗ ਵਿੱਚ ਰਹਿਣੀਆਂ ਊਧਮ ਸਿੰਘਾਂ ਤੇਰੀਆਂ ਊਧਮ ਸਿੰਘ ਦੇ ਨਾਂ 'ਤੇ ਬੇਬੇ ਵੱਲੋਂ ਬਹੁਤ ਸ਼ਰਾਧ ਭੈਣ ਜੀ ਸਾਰੇ ਭੁਲੇਖਾ ਤਾਂ ਨਹੀਂ ਪੈ ਗਿਆ ਭੈਣ ਵੱਲੋਂ ਬਹੁਤ ਸ਼ਰਾਧ ਆਸ਼ੀਰਵਾਦ ਬੇਬੇ ਕਹਿੰਦੇ ਊਧਮ ਸਿੰਘ ਦਾ ਨਾਂ ਤਾਂ ਬੋਲਿਆ ਨਹੀਂ ਬੰਦਾ ਬਣਦਾ ਇੱਕ ਵਾਰ ਖੁੱਲ੍ਹ ਕੇ ਤਾੜੀਆਂ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਖੁੱਲ੍ਹ ਕੇ ਤਾੜੀਆਂ ਮਾਰਦੇ ਹੋ ਦੂਜਿਆਂ ਲਈ ਮਰਨਾ ਬੜਾ ਔਖਾ ਸੋ ਇੰਨੀ ਹਾਜ਼ਰੀ ਕਬੂਲ ਬਹੁਤ ਗਲਤੀਆਂ ਗੁਸਤਾਖੀਆਂ ਦੋਨੇ ਹੱਥ ਜੋੜ ਕੇ ਮਾਫ਼ੀ ਸੋ ਇੱਕ ਵਾਰ ਫਿਰ ਸਾਰੀ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਮੈਨੇਜਮੈਂਟ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਪੰਜਵੀਂ ਦਫ਼ਾ ਆਪ ਸਭ ਦੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਦਿੱਤਾ ਜਿਉਂਦੇ ਰਹੇ ਅਤੇ ਫਿਰ ਮਿਲਣ ਦੀ ਆਸ ਨਾਲ ਬਾਪੂ ਜੀ ਜਿਉਂਦੇ ਰਹੇ ਅਤੇ ਫਿਰ ਮਿਲਣ ਦੀ ਆਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਇੱਦਾਂ ਨਾ ਯਾਰ ਕਰੋ ਮੈਂ ਵਾਰ ਗਾ ਕੇ ਹਟਿਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਰ ਭਾਅ ਜੀ ਠੀਕ ਠਾਕ, ਕਦੋਂ ਆਏ ਤੁਸੀਂ? ਕਾਫੀ ਟਾਈਮ। ਬਹੁਤ ਬਹੁਤ ਮੁਬਾਰਕਾਂ ਵੀਰੇ ਨੂੰ।